ਕਿ ਤੇ ਭਾਜਣਾ ਓਏ ਆ ਕੀ ਹੋਇਆ ਅੱਖੀ ਚੁੱਕੀ ਸਾਰੀ ਮਾਸਟਰ ਯਨਾਗਨੀ ਆਈ ਆ ਜਾਓ ਬੱਚਿਓ ਹੋਈਏ ਇਕੱਠੇ ਰਲ ਮਿਲ ਰੌਣਕ ਲਈਏ ਰੱਖੋ ਕਿਤਾਬਾਂ ਪੈਨ ਕਾਪੀਆਂ ਦੋ ਪਲ ਮਨ ਪਰਚਾਈਏ ਆ ਟੁੱਟੀਆਂ ਉੱਡੀਆਂ ਦਈ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਵਿਪਨ ਜੋਸ਼ੀ ਅਤੇ ਤੁਹਾਡਾ ਆਪਣਾ ਪ੍ਰੋਗਰਾਮ ਅੱਧੀ ਛੁੱਟੀ ਸਾਰੀ ਸੋ ਅੱਜ ਅਸੀਂ ਇੱਧਰਲੇ ਸਕੂਲਾਂ ਦੇ ਵਿੱਚ ਆਏ ਹੋਏਗੇ ਸਕੂਲ ਦਾ ਨਾਮ ਹੈਗਾ ਪੈਰਾਗੋਨ ਇੰਟਰਨੈਸ਼ਨਲ ਸਕੂਲ ਨੰਗਲ ਡੇਲੋਂ ਡਿਸਟ੍ਰਿਕਟ ਲੁਧਿਆਣਾ ਘੰਟਾ ਘਰ ਲੁਧਿਆਣਾ ਹੈ ਨਾ ਹਾਂ ਲੁਧਿਆਣਾ ਡਿਸਟ੍ਰਿਕਟ ਪੈਂਦਾ ਜੀ ਸਕੂਲ ਦਾ ਨਾਮ ਪੈਰਾਗੋਨ ਹੈ ਸੋ ਨੰਗਲ ਇਹ ਪਿੰਡ ਪੈਂਦਾ ਡੇਲੋਂ ਦੇ ਲਾਗੇ ਸੋ ਇੱਧਰ ਮਲੇਰਕੋਟਲਾ ਰਹਿ ਜਾਂਦਾ ਇੱਧਰ ਲੁਧਿਆਣਾ ਰਹਿ ਜਾਂਦਾ ਜੇ ਕਿਸੇ ਨੇ ਆਉਣਾ ਹੋਵੇ ਇੱਧਰੋਂ ਜਦੋਂ ਜਾਓਗੇ ਇੱਧਰ ਵੀ ਹੋ ਜਾਓ ਇੱਥੇ ਆ ਜਾਓ ਆਹ ਮੂਰਤਾਂ ਦੇਖ ਜਾਓ ਮੂਰਤਾਂ ਉਰੇ ਵਾਲੀਆਂ ਸੋਹਣੀਆਂ ਸੋਹਣੀਆਂ ਮੂਰਤਾਂ ਸੋ ਆਪਣਾ ਸਭ ਤੋਂ ਪਹਿਲਾਂ ਬੱਚਾ ਬੁਲਾਵਾਂਗੇ ਆਪਾਂ ਜ਼ੋਰਦਾਰ ਤਾੜੀਆਂ ਨਾਲ ਬੁਲਾਓ ਆਹ ਛੋਟੇ ਛੋਟੇ ਬੱਚੇ ਆ ਜਾਓ ਠੀਕ ਠਾਕ ਹੋ ਹਾਂਜੀ ਕੀ ਨਾਮ ਹੈ ਅਗਮਵੀਰ ਅਗਮਵੀਰ ਐਂ ਜੇ ਕਾਹ ਤੋਂ ਬਿੱਟੇ ਸਾਂਝ ਚਾੜ ਰਹੇ ਨੇ ਭੁੱਖ ਲੱਗ ਰਹੀ ਹੈ ਵੱਡੇ ਹੋ ਕੇ ਕੀ ਬਣੋਗੇ ਵੀਰਾ ਵੀਰਾ ਬਣੇਗਾ ਵੱਡਾ ਹੋ ਕੇ ਕਿਹਦਾ ਵੀਰਾ ਕਰਨ ਵੀਰਾ ਤੇਰਾ ਵੀਰਾ ਉਹ ਵੀ ਫਿਰ ਵੀਰਾ ਬਣੂਗਾ ਵੱਡਾ ਹੋ ਕੇ ਬਣ ਗਿਆ ਉਹ ਬਣ ਗਿਆ ਇਹਦੀ ਹਜੇ ਟ੍ਰਾਇਲ ਚੱਲ ਰਹੇ ਨੇ ਹੈ ਨਾ ਤੇ ਜਦੋਂ ਵੀਰ ਤੇਰੇ ਕੀ ਹੋ ਰਿਹਾ ਠੀਕ ਠਾਕ ਹੋ ਕੀ ਨਾਮ ਹੈ ਮਗਰਮੱਛ ਕੀ ਨਾਮ ਕੀ ਹੈ ਤੁਹਾਡਾ ਹਿਮਾਂਸ਼ੂ ਸ਼ਰਮਾ ਅੱਛਾ ਵੱਡੇ ਹੋ ਕੇ ਕੀ ਬਣਨਾ ਕਿਹਦਾ ਮੁੰਡਾ ਪਾਪਾ ਹੈ ਪਾਪਾ ਦਾ ਪਾਪਾ ਦਾ ਹੁਣ ਕਿਹਦਾ ਮੁੰਡਾ ਚਾਚੂ ਦਾ ਬੇਟਾ ਜ਼ੋਰਦਾਰ ਤਾੜੀਆਂ ਦੋਨਾਂ ਬੱਚਿਆਂ ਲਈ ਸੋ ਆਪਣੇ ਸ਼ੋਅ ਦੇ ਸਪੋਂਸਰ ਨੇ ਪਿਓਰ ਰੂਟਸ ਅਤੇ ਪਿਓਰ ਰੂਟਸ ਵੱਲੋਂ ਇਹਨਾਂ ਪਿਆਰੇ ਪਿਆਰੇ ਬੱਚਿਆਂ ਨੂੰ ਹੈਂਡ ਸੈਨੀਟਾਈਜ਼ਰ ਤੋਂ ਤਾੜੀਆਂ ਲਾਓ ਬਟ ਇਹਨਾਂ ਦੇ ਨਾਂ 'ਤੇ ਆ ਬੇਟਾ ਤੁਹਾਡੇ ਲਈ ਇਸ ਤੋਂ ਬਾਅਦ ਆਪਾਂ ਬੁਲਾਵਾਂਗੇ ਜੀ ਸਾਡੇ ਪੰਜਾਬ ਦਾ ਮਤਲਬ ਕਲਚਰ ਹੈਗਾ ਉਹ ਅਤੇ ਤੁਹਾਨੂੰ ਦਿਖਾਵਾਂਗੇ ਕਿੱਧਰ ਤੁਰਿਆ ਹੁੰਦਾ ਆ ਜਾ ਭੇਜ 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 ਨੂੰ ਕੀ ਨਾਮ ਹੈ ਹਰਮਨ ਵੀਰੇ ਤੁਹਾਡਾ ਨਾਮ ਹਰਮੀਸ਼ਨ ਹਰਮੀਸ਼ਨ ਐਡਮਿਸ਼ਨ ਸੀ ਜਿਹਦਾ ਜਗਜੀਵਨ ਜਗਜੀਵਨ ਕੀ ਕਰਕੇ ਦਿਖਾਓਗੇ ਤੁਸੀਂ ਹੁਣ ਇੱਕ ਫਨੀ ਐਕਟ ਆ ਬਰੇ ਆਪਾਂ ਜਿਹੜਾ ਤੁਹਾਡਾ ਮਤਲਬ ਸਿਸਟਮ ਆ ਤੁਹਾਨੂੰ ਪਤਾ ਕੀ ਕਹਿੰਦੇ ਨੇ ਭਾਂਡਾ ਭਾਂਡ ਦੀ ਡਰੈਸ ਅਪ ਮਤਲਬ ਕਹਿ ਰਹੀ ਆ ਸਿਸਟਮ ਹੁੰਦਾ ਸਾਰਾ ਤੇ ਭਾਂਡ ਦੇਖਦੇ ਆ ਇਹ ਸਕੂਲ ਦੇ ਬੱਚਿਆਂ ਦਾ ਪੈਰਾਗੋਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਭਾਂਡ ਦੇਖਦੇ ਆ ਸੁਣਦੇ ਆ ਆਪਾਂ ਕਿੱਦਾਂ ਮਤੜਾ ਉਹ ਵਧੀਆ ਵਧੀਆ ਮਰਾਸੀਆ ਤੂੰ ਸੁਣਾ ਵਧੀਆ ਵਧੀਆ ਭਾਨਾ ਕਿੱਥੇ ਜੇ ਆ ਗਿਆ ਭਾਨਾ ਜੇ ਉਹ ਭਾ ਅੱਜ ਮੇਰੀ ਤਬੀਅਤ ਖਰਾਬ ਜੇ ਬਿਮਾਰ ਆ ਤਾਂ ਗੋਲੀ ਦਵਾ ਲੈਂਦੇ ਆ ਕਿਹੜੀ ਗੋਲੀ AK-47 ਵਾਲੀ ਜਬਲੀਆਂ ਮਰੀ ਜਾਓ ਅੱਜ ਮੇਰੀ ਤਬੀਅਤ ਖਰਾਬ ਜੀ ਅੱਜ ਨਹੀਂ ਮੈਂ ਕਿਤੇ ਜਾਣਾ ਤੂੰ ਵੀ ਬਹੁਤ ਖੱਚਾ ਮਾਰਦਾ ਦੇ ਮੇਰੀ ਛੱਡ ਤੂੰ ਇਹਦੀ ਸੁਣ ਸੁਣਾ ਕਿਹਾ ਇਹਦਾ ਕੁੱਤਾ ਗੁੰਮ ਗਿਆ ਜੇ ਕਹਿੰਦਾ ਘਰੋਂ ਸੰਗਲੀ ਤੜਾ ਕੇ ਭੱਜ ਗਿਆ ਮੈਂ ਇਹਨੂੰ ਕਿਹਾ ਤੂੰ ਅਖਬਾਰ 'ਚ ਇਸ਼ਤਿਹਾਰ ਦੇ ਮੈਨੂੰ ਪਤਾ ਕੀ ਕਹਿੰਦਾ ਕੀ ਕਹਿੰਦਾ ਕਹਿੰਦਾ ਯਾਰ ਮੇਰੇ ਕੁੱਤੇ ਨੂੰ ਤਾਂ ਪੜ੍ਹਨਾ ਹੀ ਨਹੀਂ ਆਉਂਦਾ ਪਤਾ ਲੱਗੂ ਉਹ ਜਾ ਹੋਵੇ ਭਾਨੇ ਆ ਚਵਲਾਂ ਘੱਟ ਮਾਰਿਆ ਕਰ ਤੂੰ ਇਹਦੀ ਛੱਡ ਤੂੰ ਮੇਰੀ ਸੁਣ ਇੱਕ ਵਾਰ ਇਹਦਾ ਬੋਤਾ ਇਹਦੇ ਹੱਥੋਂ ਛੁੱਟ ਗਿਆ ਉਹ ਤਾਂ ਇਹਦੇ ਪਜਾਮੇ ਦਾ ਨਾਲਾ ਢਿੱਲਾ ਜੇ ਨਾਲਾ ਫੜੇ ਬੋਤਾ ਭਾਜੇ ਬੋਤਾ ਫੜੇ ਨਾਲਾ ਖੁੱਲ੍ਹ ਕੇ ਪਜਾਮਾ ਡੇਪੇ ਦੱਸ ਵਿਚਾਰਾ ਕੀ ਕਰੇ ਤੁਸੀਂ ਦੋਵੇਂ ਛੱਡੋ ਮੇਰੀ ਸੁਣੋ ਮੈਂ ਇੰਨੀਆਂ ਗੋਲੀਆਂ ਖਾ ਲਈਆਂ ਪਰ ਮੈਂ ਨੀਂਦ ਨਹੀਂ ਆਉਂਦੀ ਪਤਾ ਨਹੀਂ ਕਿੰਨੀਆਂ ਗੋਲੀਆਂ ਖਾ ਲਈਆਂ ਬਹੁਤ ਖਾ ਲਈਆਂ ਤਾਂ ਫਿਰ ਐਂ ਕਰਕੇ ਰਾਂ ਬੰਦੂਕ ਦੀ ਵੀ ਖਾ ਹੀ ਲੈ ਫਿਰ ਸਦਾ ਲਈ ਸੌਂ ਜਾਏਗਾ ਉਹ ਤੂੰ ਵੀ ਟਵਾ ਘੱਟ ਮਾਰਿਆ ਕਰ ਓਏ ਚੱਲ ਮਰਾਸੀ ਆਪਦੇ ਜਨਮ ਬਾਰੇ ਦੱਸ ਕੁਛ ਸਾਡਾ ਖਾਨਦਾਨ ਬਹੁਤ ਉੱਚਾ ਹੈ ਕਿੰਨਾ ਉੱਚਾ ਬਹੁਤ ਉੱਚਾ ਬਹੁਤ ਕਿੰਨਾ ਬਹੁਤ ਉੱਚਾ ਨਾ ਉੱਟੇ ਨੂੰ ਗਾਹਾਂ ਤੁਹਾਡਾ ਟੱਬਰ ਖੰਭਿਆਂ ਤੇ ਰਹਿੰਦਾ ਸਾਡੇ ਦਾਦੇ ਪੜਦਾਦੇ ਕੋਰਟ 'ਚ ਲੱਗੇ ਕੋਰਟ 'ਚ ਵਕੀਲ ਲੱਗੇ ਜੇ ਨਹੀਂ ਨਹੀਂ ਝਾੜੂ ਪੋਚਾ ਕਰ ਕਿੰਨਾ ਕੁ ਟਾਈਮ ਹੋ ਤੁਹਾਨੂੰ ਰਿਹਰਸਲ ਕੀਤੀ ਇਹਦੀ ਭੰਡ ਦੀ ਕੱਲ੍ਹ ਤੁਸੀਂ ਕਰ ਰਹੇ ਹਾਂ ਕੱਲ੍ਹ ਤੁਸੀਂ ਕਰ ਰਹੇ ਹੋ ਤਾਂ ਹੀ ਕਿਤੇ ਕਿਤੇ ਵਿੱਚ ਦਿੱਕਤ ਜੀ ਪੈਂਦੀ ਹੈ ਨਾ ਚਲੋ ਕੋਈ ਗੱਲ ਨਹੀਂ ਅਤੇ ਫਿਰ ਵੀ ਬਹੁਤ ਸੋਹਣਾ ਸੀਗਾ ਗੱਲਾਂ ਬਾਤਾਂ ਜਿਹੜੀਆਂ ਹਾਸੇ ਵਾਲੀਆਂ ਗੱਲਾਂ ਬਾਤਾਂ ਤੁਹਾਡੀਆਂ ਬਹੁਤ ਘੈਂਟ ਸੀਗੀਆਂ ਸੋ ਇਸੇ ਤਰ੍ਹਾਂ ਮਿਹਨਤ ਕਰਦੇ ਰਹੋ ਠੀਕ ਹੈ ਜ਼ੋਰਦਾਰ ਤਾੜੀਆਂ ਭਰਾਵਾਂ ਦੇ ਨਾਂ 'ਤੇ
ਛੋਟੇ ਛੋਟੇ ਬੱਚਿਆਂ ਨਾਲ ਗੱਲਾਂ ਬਾਤਾਂ ਕਰਕੇ ਜੀ ਤੇ ਕੁਛ ਕੰਮ ਦੀਆਂ ਗੱਲਾਂ ਵੀ ਕਰਦੇ ਨੇ, ਹੱਸ ਵਾਲੀ ਗੱਲਾਂ ਵੀ ਕਰਦੇ ਨੇ, ਬਹੁਤ ਚੰਗਾ ਲੱਗਦਾ ਜਦੋਂ ਸਕੂਲਾਂ ਦੇ ਵਿੱਚ ਅਸੀਂ ਜਾਂਦੇ ਹੈਗੇ। ਅੱਧੀ ਛੁੱਟੀ ਸਾਰੀ ਰਾਹੀਂ ਬੱਚੇ ਅੱਗੇ ਨਿਕਲ ਕੇ ਆਉਂਦੇ ਨੇ ਅਤੇ ਤੁਹਾਡੇ ਸਾਹਮਣੇ ਟੀ ਵੀ 'ਤੇ ਆਉਂਦੇ ਨੇਗੇ, ਅਤੇ ਇਸ ਤੋਂ ਬਾਅਦ ਵੱਡੇ ਬੱਚੇ ਆ ਰਹੇ ਨੇ, ਜ਼ੋਰਦਾਰ ਤਾੜੀਆਂ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਠਾਕ ਹੋ? ਯੈਸ। ਹਾਂ, ਆਵਾਜ਼ ਥੋੜ੍ਹੀ ਉੱਚੀ ਰੱਖੋ। ਓਕੇ। ਹਾਂਜੀ, ਕੀ ਕਰਕੇ ਦਿਖਾਓਗੇ? ਸੌਂਗ ਓਲਡ ਸਕੂਲ। ਓਲਡ ਸਕੂਲ, ਚਲੋ ਓਲਡ ਸਕੂਲ ਗਾਣਾ ਸੁਣਦੇ ਪਹਿਲਾਂ, ਫਿਰ ਕਰਦੇ ਹਾਂ ਗੱਲਬਾਤ। ਕਰਨਾ ਤੂੰ ਦੱਸ ਦੇ ਨੀ, ਵੇਖੀ ਕਿੱਦਾਂ ਘੱਸਦੇ ਨੀ, ਤੰਗ ਤੈਨੂੰ ਕਰਦਾ ਆ ਕੌਣ ਕੌਣ ਨੀ, ਸਰਕਮ ਸਾਜ਼ ਵੇਖੀ ਇਹੋ ਜਿਹੇ ਬਣਾ ਦੂ, ਦੇਖੀ ਪੁੱਠੀ ਮੈਂ ਚਲਾ ਦੂ, ਕੁੜੇ ਤੋਹਰ ਵੇਖੀ ਉਹ ਸਕੂਲ, ਮਿੱਤਰਾਂ ਦੀ ਵਾਈਬ ਬਲੀਏ ਨੀ ਉਹ ਸਕੂਲ, ਇਸ ਕਰਕੇ ਆ ਹਾਈਪ ਬਲੀਏ ਨੀ ਉਹ ਸਕੂਲ, ਬੈਚ ਆ ਯਾਰ ਜੱਟ ਦੇ ਨੀ ਉਹ ਸਕੂਲ, ਕਪੱਤ ਨੂੰ ਜੋ ਬਹਿੰਦੇ ਜੱਟ ਨੇ ਨੀ ਉਹ ਸਕੂਲ, ਉਹ ਸਕੂਲ ਉਹ ਸਕੂਲ, ਉਹ ਗੋਰੀ ਕਰਦੇ ਨੇ ਤੇਰੀ ਅਸਰਾਹੀ, ਬਣਗੀ ਨੀ ਮਰ ਜਾਣੀ ਹੈ ਤੂੰ ਕਰਨ ਤਬਾਹੀ, ਬਣ ਗਰੇ ਜਾਂਦੇ ਨੀ ਮੈਂ ਤੋ ਜੋ ਕਮੈਂਟੇ ਕਰਦੇ ਨੀ, ਤੂੰ ਵੀ ਟਲ ਜਾਣੀ ਹਾਈਡ ਕਰ ਟੈਂਟੇ ਕਰਦੇ ਨੀ ਉਹ ਸਕੂਲ, ਉਹ ਸਕੂਲ, ਮਸਲ ਜੀ ਕਰ ਰੱਖੀਆਂ ਨੀ ਟਾਣੀ ਵਾਲਾਂ ਦੇ ਵਿੱਚ, ਉਹ ਵੀ ਸੱਚ ਨਾਲ ਰਹਿੰਦੀਆਂ ਨੀ ਗੋਡ ਡੈਮ, ਉਹ ਫੜ ਕੇ ਅੱਖ ਗੱਲਦੀ ਨੀ ਪਲ ਪਲ, ਨੀ ਸੋਚਾਂ ਵਿੱਚ ਤੂੰ ਚੱਲਦੀ ਨੀ ਉਹ ਸਕੂਲ, ਉਹ ਸਕੂਲ, ਉਹ ਸਕੂਲ। ਬਹੁਤ ਵਧੀਆ ਬੇਟਾ, ਆਵਾਜ਼ ਵੀ ਤੁਹਾਡੀ ਵਧੀਆ, ਅਤੇ ਵੱਡੇ ਹੋ ਕੇ ਕੀ ਬਣਨਾ? ਸਿੰਗਰ। ਸਿੰਗਰ ਹੀ ਬਣਨਾ? ਅੱਛਾ ਅੱਛਾ, ਸੋ ਵੈਰੀ ਗੁੱਡ ਬੇਟਾ, ਥੈਂਕ ਯੂ, ਜ਼ੋਰਦਾਰ ਤਾੜੀਆਂ ਭੈਣ ਲਈ। ਠੀਕ ਠਾਕ ਹੋ? ਹੈ ਨਾ, ਮਾਈਕ ਉੱਪਰ ਕਰ ਲਓ। ਹੋਰ ਵਧੀਆ ਜੀ, ਨਵੀਂ ਤਾਜੀ ਹੈ ਨਾ? ਹਾਂਜੀ ਹਾਂਜੀ। ਇਹ ਕੁੜਤਾ ਕਾਹਦਾ? ਖੱਦਰ 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 ਖੱਦਰ। ਅੱਛਾ, ਕਿੱਥੋਂ ਲਿਆਂਦਾ ਇਹ? ਪਿੰਡੋ ਪਿੰਡੋ। ਕਿਹੜੇ ਪਿੰਡ? ਪਿੰਡੋ ਆਲਮਗੀਰੋਂ। ਆਲਮਗੀਰੋਂ? ਹਾਂਜੀ। ਕਿੱਥੋਂ ਆਲਮਗੀਰ ਤੋਂ ਤੂੰ? ਹਾਂਜੀ। ਕੀ ਰੇਟ ਪਿਆ ਸੀ? ਰਾਸ਼ਨ ਕਾਰਡ ਨਾਮ ਹੈਗਾ? ਆਧਾਰ ਕਾਰਡ ਹੈਗਾ? ਤੇਰਾ? ਪਾਪਾ ਦਾ? ਮੰਮੀ ਦਾ? ਪਾਸਪੋਰਟ ਹੈਗਾ? ਬਾਹਰ ਜਾਣਾ? ਕਦੋਂ? ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਮਹਾਗੁਜਰੀ ਕਰਮਾ ਬਾਲੀ ਐ, ਜਿਸ ਮਰਦ ਸੂਰ ਮਾਹ ਜਣਿਆ ਏ, ਨੇਕੀ ਦੀ ਖਾਤਰ ਲੜਦਾ ਰਿਹਾ, ਮਾੜੇ ਦਾ ਹਾਮੀ ਬਣਿਆ ਏ, ਮਜ਼ਲੂਮ ਦੀ ਇੱਜ਼ਤ ਰਾਖੀ ਲਈ ਲਾ ਸਾਰਾ ਹੀ ਪਰਿਵਾਰ ਗਿਆ, ਤਨ ਜਿਗਰਾਂ ਕਲਗੀਆਂ ਵਾਲੇ ਦਾ, ਪੁੱਤ ਚਾਹ ਧਰਮ ਤੋਂ ਵਾਰ ਗਿਆ, ਹੱਥ ਬਾਜ ਨਿਸ਼ਾਨੀ ਗੈਰਤ ਦੀ ਲਾ ਕਲੰਗੀ ਤਖਤ ਸਜਾਉਂਦਾ ਰਿਹਾ, ਆਨੰਦਪੁਰ ਦੀ ਐ ਸ਼ੀਸ਼ਾਨ ਬਣੀ, ਇੰਦਰ ਵੀ ਸੀਸ ਝੁਕਾਉਂਦਾ ਰਿਹਾ, ਸ਼ੱਕ ਮੁਰਦੇ ਅੰਮ੍ਰਿਤ ਜੀ ਪੈਂਦੇ, ਗਿੱਦੜਾਂ ਤੋਂ ਸ਼ੇਰ ਵੰਗਾਰ ਗਿਆ, ਤਨ ਜਿਗਰਾਂ ਕਲੰਗੀਆਂ ਵਾਲੇ ਦਾ, ਪੁੱਤ ਚਾਹ ਧਰਮ ਤੋਂ ਵਾਰ ਗਿਆ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਵੈਰੀ ਗੁੱਡ, ਬਹੁਤ ਸੋਹਣੀ ਆਵਾਜ਼ ਤੁਹਾਡੀ, ਅਤੇ ਕਿੰਨੇ ਕੁ ਟਾਈਮ ਤੁਸੀਂ ਰਿਹਰਸਲ ਕੀਤੀ ਹੈ? ਹੋ ਗਿਆ ਜੀ ਸਾਲ। ਸਾਲ ਹੋ ਗਿਆ? ਸੋ ਵੈਰੀ ਗੁੱਡ ਬੇਟਾ, ਆਵਾਜ਼ ਤੁਹਾਡੀ ਬਹੁਤ ਸੋਹਣੀ, ਅਤੇ ਬਹੁਤ ਸੋਹਣਾ ਤੁਹਾਨੂੰ ਮੈਸੇਜ ਦਿੱਤਾ, ਸੰਦੇਸ਼ ਦਿੱਤਾ, ਸੋ ਥੈਂਕ ਯੂ ਪਿਓਰ ਰੂਥ ਵੱਲੋਂ ਪਿਆਰਾ ਗਿਫਟ। ਸੋ ਬੇਟਾ ਜ਼ੋਰਦਾਰ ਤਾੜੀਆਂ ਇਸ ਭਰਾ ਦੇ ਨਾਂ 'ਤੇ। ਮੇਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਠੀਕ ਠਾਕ? ਹਾਂਜੀ। ਕੀ ਨਾਮ ਹੈ? ਉਰਿਆ। ਉਰਿਆ ਅੰਦਰ ਆਏ ਜਾਂਦੇ ਨੇ, ਉਰੇ ਭੱਜੇ ਜਰਗ ਦੇ ਮੇਲੇ 'ਤੇ ਆਏ ਹੁੰਦੇ ਨੇ। ਪੂਰੀ ਖੜਾ। ਕੀ ਨਾਮ ਹੈ? ਮਨਪ੍ਰੀਤ ਕੌਰ। ਮਨਪ੍ਰੀਤ ਕੌਰ, ਕੀ ਕਰਕੇ ਦਿਖਾਓਗੇ ਬੇਟਾ? ਬੋਲੀਆਂ। ਨੀ ਕੁੜੀਏ ਤੂੰ ਮਛਲੀ ਮਾਰੀਏ, ਮਛਲੀ ਨਾ ਲਿਸ਼ਕਾਈਏ, ਨੀ ਖੂਟੋ ਬੇਤਰੀ ਹੋਵੇ ਚਰਚ, ਬਲ 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 ਬਲੇ, ਨੀ ਖੂਟੋ ਬੇਤਰੀ ਹੋਵੇ ਚਰਚ, ਚਰਚਾ ਨਾ ਕਰਵਾਈਏ ਨੀ ਵਿੱਚ ਚੀ ਮੁੰਡਿਆਂ ਦੇ, ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਚੀ ਮੁੰਡਿਆਂ ਦੇ, ਸੱਪ ਬਣ ਕੇ ਲੰਘ ਜਾਈਏ ਨੀ ਵਿੱਚ ਚੀ ਮੁੰਡਿਆਂ ਦੇ, ਉੱਚਾ ਬੁਰਜ ਬਰੋਬਰ ਮੋਰੀ, ਉੱਚਾ ਬੁਰਜ ਬਰੋਬਰ ਮੋਰੀ, ਦੀਵਾ ਕਿਸ ਵਿੱਚ ਧਰੀਏ, ਬਈ ਚਾਰੇ ਨੈਣ ਕਟਾਵਟ ਹੋਵੇ, ਬਲ 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 ਚਾਰੇ ਨੈਣ ਕਟਾਵਟ ਹੋਵੇ, ਹਮੀ ਕੀ ਦੀ ਪਰੀਏ ਨਰ ਬਗਾਨੀ ਦੀ, ਬਾਨਾ ਮੂਰਖਾ ਫੜੀਏ ਨਰ ਬਗਾਨੀ ਦੀ, ਬਾਨਾ ਮੂਰਖਾ ਫੜੀਏ ਨਰ ਬਗਾਨੀ ਦੀ। ਗਾਣਾ ਦਾ ਵੀ ਗਾਣਾ, ਚੁਟਕਲਾ ਦਾ ਚੁਟਕਲਾ, ਭੱਜਣਾ ਦਾ ਭੱਜਣਾ, ਉਸ ਤੱਕ ਤੁਰਨਾ ਪਿੱਛੇ ਮੁੜ ਕੇ ਦੇਖਣਾ, ਠੀਕ ਹੈ ਬੇਟੇ? ਤੁਹਾਡੀਆਂ ਬੋਲੀਆਂ ਬਹੁਤ ਸੋਹਣੀਆਂ ਸੀ, ਤੁਹਾਨੂੰ ਮਿਲਦਾ ਪਿਓਰ ਰੂਟਸ ਵੱਲੋਂ ਪਿਆਰਾ ਹੈ ਗਿਫਟ, ਤੁਹਾਨੂੰ ਲਿਆਓ ਜੀ ਆਹ ਬੇਟਾ ਤੁਹਾਡੇ ਲਈ ਪਿਓਰ ਰੂਟਸ ਵੱਲੋਂ। ਥੈਂਕ ਯੂ, ਥੈਂਕ ਯੂ, ਜ਼ੋਰਦਾਰ ਤਾੜੀਆਂ ਇਸ ਭੈਣ ਲਈ, ਥੈਂਕ ਯੂ ਬੇਟਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਠੀਕ ਠਾਕ ਹੋ? ਕਦੋਂ ਆਏ ਇੱਥੇ ਸਾਡੇ ਕੋਲ? ਹੁਣੀ ਆਏ ਸੀ। ਕਾਹਤੇ ਆਏ ਹੋ? ਕਿਹੜੀ ਵਾਸਤੇ? ਸਕੂਲ ਵਾਸਤੇ। ਕਿਹੜੀ ਕਲਾਸ 'ਚ ਪੜ੍ਹਦੇ ਹੋ ਪਿਆਰੇ ਜੀ? 8th 'ਚ ਪੜ੍ਹਦੇ ਹੋ। ਨਾਮ ਕੀ ਹੈ ਤੁਹਾਡਾ? ਯਸ਼ਕਰਨ। ਯਸ਼ਕਰਨ, ਕੀ ਕਰਕੇ ਦਿਖਾਓਗੇ? ਬੁਝਾਰਦਾ ਪਾਓਗੇ। ਆਉਣ ਦਿਓ ਪਿਆਰੇ। ਪੰਜ ਮੱਝਾਂ। ਇਹ 'ਚ ਬੋਲੋ ਉੱਚੀ। ਪੰਜ ਮੰਝਾਂ। ਪੰਜ ਮੰਝਾਂ। ਮੱਝਾਂ। ਮੱਝਾਂ। ਤਿੰਨ ਕੱਟੀਆਂ। ਤਿੰਨ ਕੱਟੀਆਂ। ਦੋ ਪੁਲੇ ਲਿਆਈਆਂ ਜੱਟੀਆਂ। ਦੋ ਪੁਲੇ ਲਿਆਈਆਂ ਜੱਟੀਆਂ। ਦੋ ਪੁਲੇ ਲਿਆਈਆਂ ਜੱਟੀਆਂ। ਦੱਸੋ ਕਿੰਨੇ ਕਿੰਨੇ ਆਏ? ਪੰਜ ਮੱਝਾਂ, ਤਿੰਨ ਕੱਟਦੀਆਂ, ਪਿੱਛੇ ਦੋ ਦੋ, ਇੱਕ ਇੱਕ। ਮਤਲਬ ਆਂਸਰ ਕੀ ਇਹਦਾ? ਇੱਕ ਇੱਕ। ਵਾਹ, ਕਿਆ ਬਾਤ, ਇੰਟੈਲੀਜੈਂਟ ਮੁੰਡਾ ਮੈਂ, ਤਾੜੀਆਂ। ਚਿੱਟੀ ਪਲੇਟ 'ਚ ਕਾਲਾ ਰਸਗੁੱਲਾ। ਅੱਖ ਸਹੀ ਹੈ ਨਾ, ਤਾੜੀਆਂ ਲਾ ਦੇ ਗੁਜ਼ਰ, ਕਿੱਡੀ ਤਕੜੀ ਗੱਲਬਾਤ ਹੈ। ਇੱਕ ਡੱਬੀ ਵਿੱਚ 32 ਦਾਣੇ। ਇੱਕ ਡੱਬੀ ਵਿੱਚ 32 ਦਾਣੇ। 32 ਦਾਣੇ ਬੁੱਝਣ ਵਾਲੇ ਬੜੇ ਸੋਹਣੇ। ਉਹਨਾਂ ਨਾਲੇ ਮੈਨੇ ਰਸਗੁੱਲੇ ਖਾਣੇ, ਉਹਨਾਂ ਨਾਲੇ ਰਸਗੁੱਲੇ ਖਾਣੇ। ਦੱਸ, ਮੈਂ ਸਹੀ ਜਵਾਬ ਦਿੱਤਾ ਕਿ ਨਾ? ਉਹਨਾਂ ਨਾਲੇ ਮੈਂ ਰਸਗੁੱਲੇ ਖਾਣੇ। ਦੱਸ, ਹੱਸ ਹੱਸ। ਆਹਾ ਨੇ ਕੀ ਨੇ? ਹੈ ਹੈ ਗੰਦ। ਆਉਣ ਦੇ ਅਗਲਾ ਦੰਦ ਹੈ ਜਿਹਦਾ ਅਸਲ ਸਬਾਬ। ਹਾਂਜੀ, ਉਹ ਕਿਹੜਾ ਫਲ ਹੈ ਜਿਹੜਾ ਖਾਧਾ ਨਹੀਂ ਜਾ ਸਕਦਾ? ਉਹ ਕਿਹੜਾ ਫਲ ਹੈ ਜਿਹੜਾ ਖਾਧਾ ਨਹੀਂ ਜਾ ਸਕਦਾ? ਕੈਪਟਨ ਅਮਰਿੰਦਰ ਸਾਹਿਬ ਨੇ ਇੱਕ ਸੀਤਾ ਫਲ ਦੀ ਗੱਲ ਜੀ ਕਰੀ, ਉਹ ਤਾਂ ਨਹੀਂ ਕਿਤੇ, ਉਹ ਤਾਂ ਨਹੀਂ ਹੈਗਾ। ਅੱਛਾ, ਹੋਰ ਹੈ ਸਬਰ ਦਾ ਫਲ। ਉਹ ਕਿੰਨਾ ਸਬਰ ਕਰ ਲਿਆ ਮੈਨੂੰ, ਹੁਣ ਤਾਂ ਰਸਗੁੱਲਾ। ਜ਼ੋਰਦਾਰ ਤਾੜੀਆਂ ਭਰਾ ਦੀ, ਬਹੁਤ ਸੋਹਣੀ ਗੱਲਬਾਤ। ਥੈਂਕ ਯੂ ਬੇਟਾ। ਵਾਹ, ਤੁਹਾਨੂੰ ਪਿਓਰ ਰੂਟਸ ਵੱਲੋਂ ਹੈਂਡ ਸੈਨੇਟਾਈਜ਼ਰ। ਓਕੇ ਬੇਟਾ, ਥੈਂਕ ਯੂ। ਨਾਮ ਕੀ ਹੈ ਤੁਹਾਡਾ? ਕੀਰਤ। ਕੀਰਤ, ਕੀਰਤ ਸਿੰਘ। ਅੱਛਾ, ਪਾਪਾ ਦਾ ਨਾਮ ਕੀ ਹੈ? ਨਿੰਦਰ। ਵੱਡੋ ਕੀ ਬਣੇਗਾ? ਜਹਾਜ਼। ਜਹਾਜ਼ ਬਣੇਗਾ? ਕਿਵੇਂ ਚੱਲਦਾ ਹੁੰਦਾ ਜਹਾਜ਼? ਜੂ ਜੂ ਕੀ ਜਹਾਜ਼ ਕਿਵੇਂ ਚੱਲਦਾ ਹੁੰਦਾ? ਅੱਛਾ, ਵੱਡੇ ਹੋ ਕੇ ਜਹਾਜ਼ ਬਣੋਗੇ, ਫਿਰ ਝੂਟੀਆਂ ਲਿਆ ਕਰੋਗੇ ਲੋਕਾਂ ਨੂੰ? ਕਿੰਨੇ ਪੈਸੇ ਲਿਆ ਕਰੋਗੇ? ਬਹੁਤ ਬਹੁਤ। ਫਿਰ ਵੀ ਕਿੰਨੇ ਕਾ? 5 ਰੁਪਈਏ। ਹੈ, ਬਸ 5 ਰੁਪਈਏ? ਪਾਪਾ ਕੀ ਕਰਦੇ ਨੇ? ਪਾਪਾ ਰੋਟੀ ਪਕਾਉਂਦੇ ਹੁੰਦੇ ਆ। ਪਾਪਾ ਰੋਟੀ ਪਕਾਉਂਦੇ ਨੇ? ਮੰਮਾ? ਮੰਮਾ ਲੱਸੀ ਬਣਾਉਂਦੀ ਹੁੰਦੀ ਆ। ਮੰਮਾ ਲੱਸੀ ਬਣਾਉਂਦੇ ਨੇ? ਅੱਛਾ, ਭਾਂਡੇ ਕੌਣ ਮਾਂਜਦਾ? ਡੈਡੀ ਪਾਪੇ ਨੂੰ ਵੀ ਕਦੇ ਕਰਦੇ, ਪਾਪਾ ਵੀ ਕਦੇ ਕਰਦੇ ਮਾਂਜ ਲੈਂਦੇ ਹੁੰਦੇ ਆ ਕੱਪੜੇ। ਪਾਪਾ ਵੀ ਮਤਲਬ ਕਿਰਾਏ ਦੀ ਰੱਖਿਆ ਹੋਇਆ ਲੱਗਦਾ, ਜਿਹੜੇ ਹਿਸਾਬ ਨਾਲ ਕੰਮ ਕਰਾਈ ਜਾਂਦੇ ਤੁਸੀਂ। ਅਤੇ ਸਭ ਤੋਂ ਵੱਧ ਤੇਰੇ ਨਾਲ ਪਿਆਰ ਕੌਣ ਕਰਦਾ ਹੁੰਦਾ ਘਰ 'ਚੋਂ? ਡੈਡੀ। ਡੈਡੀ ਕਰਦੇ ਨੇ? ਅੱਛਾ ਅੱਛਾ, ਚਲੋ ਬਹੁਤ ਸੋਹਣੀ ਗੱਲਬਾਤ ਬੱਚੇ ਨੇ ਕੀਤੀ ਹੈ। ਤਾੜੀਆਂ ਲਾਓ ਪਹਿਲਾਂ ਤਾਂ, ਬਹੁਤ ਪਿਆਰਾ ਪਿਆਰਾ ਜਵਾਕ। ਪਿਓਰ ਰੂਟਸ ਵੱਲੋਂ ਐਡਵਾਂਸ ਹੈਂਡ ਸੈਨੇਟਾਈਜ਼ਰ ਸਾਡੇ ਜਹਾਜ਼ ਲਈ। ਸਤਿ ਸ਼੍ਰੀ ਅਕਾਲ ਬੇਟਾ, ਕੀ ਨਾਮ ਹੈ? ਜਸ਼ਨਪ੍ਰੀਤ ਕੌਰ। ਜਸ਼ਨਪ੍ਰੀਤ ਕੌਰ, ਕੀ ਕਰਕੇ ਦਿਖਾਓਗੇ? ਅਸੀਂ ਗਰੁੱਪ ਡਾਂਸ। ਗਾਣਾ ਚੱਲੂਗਾ ਕਿ ਢੋਲ 'ਤੇ? ਗਾਣਾ। ਬਹੁਤ ਸੋਹਣਾ ਬੇਟੇ ਤੁਹਾਡਾ ਡਾਂਸ, ਕਿਹਨੇ ਤਿਆਰ ਕਰਾਇਆ? ਸਰ, ਖੁਦ ਕੀ ਹੈ। ਖੁਦ ਕੀ ਹੈ, ਵੈਰੀ ਗੁੱਡ। ਔਰ ਤੁਸੀਂ ਵੱਡੇ ਕੀ ਬਣਨਾ ਹੈ? ਸਰ, ਟੀਚਰ। ਸਰ ਟੀਚਰ ਬਣਨਾ ਨੇ? ਸਰ ਟੀਚਰ ਹੁੰਦਾ ਜੀ, ਕੋਈ ਨਵੀਂ ਜੋਬ ਆਈ ਹੈ, ਸਰ ਟੀਚਰ। ਤੁਸੀਂ ਕੀ ਬਣਨਾ ਹੈ? ਮੈਂ ਜੋਬ ਕਰਨੀ। ਜੋਬ ਕਰਨੀ ਹੈ? ਇਹ ਜੋਬ ਹੁੰਦੀ ਹੈ ਜੀ, ਕੁਛ ਵੀ ਹੋ ਸਕਦਾ ਜੋਬ ਦੇ ਵਿੱਚ। ਡਾਕਟਰ। ਇਹ ਡਾਕਟਰ ਕਾਹਦੇ ਸਪੈਸ਼ਲਿਸਟ? ਸਪੈਸ਼ਲ ਕਾਹਦੇ ਬੇਟਾ? ਹੈਲਥ ਦੇ। ਡਾਕਟਰ ਹੈਲਥ ਦੀ ਹੁੰਦੇ? ਅੱਛਾ, ਇੱਕ ਡੰਗਰ ਵਾਲਾ ਡਾਕਟਰ ਵੀ ਹੁੰਦੇ ਨੇ? ਇੱਕ ਡਾਇੰਟਿਸਟ। ਓਕੇ ਓਕੇ ਓਕੇ, ਤੁਸੀਂ? ਡਾਕਟਰ, ਮੈਡੀਕਲ ਸਟੋਰ। ਮੈਡੀਕਲ ਸਟੋਰ, ਡਾਕਟਰ ਜੀ, ਸਾਰੀਆਂ ਦਵਾਈਆਂ ਇਹਨਾਂ ਤੋਂ ਲਿਆਇਆ ਕਰਾਂਗੇ ਅਸੀਂ ਵੀ। ਸਾਡੇ ਵੀ ਦਵਾਈਆਂ ਚੱਲਦੀ, ਮੰਮੀ ਦੀ, ਡੈਡੀ ਦੀ, ਹੋਰ ਗੁਆਂਢੀਆਂ ਦੀ, ਸਾਰੇ ਤੁਹਾਡੇ ਆਉਣਗੇ, ਠੀਕ ਹੈ? ਸੋ ਬੇਟਾ, ਬਹੁਤ ਸੋਹਣਾ, ਚੰਗੀ ਗੱਲਬਾਤ ਤੁਹਾਡੇ ਨਾਲ, ਹੈ ਨਾ? ਅਤੇ ਆਹ ਲਿਆਓ ਜੀ, ਪਿਓਰ ਰੂਟਸ ਵੱਲੋਂ ਪਿਆਰੇ ਗਿਫਟ। ਆਹ ਬੇਟਾ ਤੁਹਾਡੇ ਲਈ, ਪਿਓਰ ਰੂਟਸ ਵੱਲੋਂ ਬੇਟਾ ਜ਼ੋਰਦਾਰ ਤਾੜੀਆਂ।
ਤਾਂ ਉਹ ਬੱਚਾ ਇੱਕ ਇੰਸਟਰੂਮੈਂਟ ਪਲੇ ਕਰੂਗਾ ਜੀ, ਨਾਲ ਨਾਲ ਸ਼ਾਇਦ ਗਾਣਾ ਵੀ ਗਾਊਗਾ, ਆਪਾਂ ਦੇਖਦੇ ਹਾਂ ਬੁਲਾਉਂਦੇ ਹਾਂਗੇ, ਅਤੇ ਤਾੜੀਆਂ ਲਾਇਆ ਕਰੋ, ਤਾੜੀਆਂ ਲਾਓ। ਹਾਂਜੀ, ਕੀ ਨਾਮ ਬੇਟਾ ਤੁਹਾਡਾ? ਸਾਰਥਿਕ ਜਿੰਦਲ। ਸਾਰਥਿਕ ਜਿੰਦਲ, ਅੱਛਾ ਜਿੰਦਲ ਸਾਹਿਬ, ਪਲੇ ਕਰੋਗੇ ਨਾਲ ਨਾਲ ਗਾਓਗੇ ਵੀ? ਨੋ। ਅੱਛਾ, ਇਕੱਲਾ ਪਲੇ ਕਰੋਗੇ? ਹਾਂਜੀ। ਚਲੋ ਠੀਕ ਹੈ, ਗਾਣੇ ਦੀ ਰਿਦਮ ਕਿਹੜੀ ਹੈ, ਕਿਹੜਾ ਗਾਣਾ ਮਤਲਬ? ਜ਼ਿੰਦਗੀ ਇੱਕ ਸਫ਼ਰ। ਜ਼ਿੰਦਗੀ ਇੱਕ ਸਫ਼ਰ ਹੈ ਉਹ, ਹੈ ਨਾ, ਬਹੁਤ ਸੋਹਣਾ ਗਾਣਾ ਜੀ, ਚਲੋ ਦੇਖਦੇ ਹਾਂ ਆਪਾਂ। ਅਤੇ ਹਾਂਜੀ, ਸੋ ਬੇਟਾ ਕਿੱਥੋਂ ਸਿੱਖਦੇ ਹੋ ਤੁਸੀਂ ਇਹ ਇੰਸਟਰੂਮੈਂਟ? ਅਹਿਮਦਗੜ੍ਹ ਤੋਂ। ਅਹਿਮਦਗੜ੍ਹ ਤੋਂ, ਮਤਲਬ ਸਰ ਕਿਸ ਤੋਂ ਸਿੱਖਦੇ ਹੋ, ਮਤਲਬ ਉਸਤਾਦ ਜੀ ਤੋਂ ਸਿੱਖਦੇ ਹੋ? ਉਸਤਾਦ ਜੀ ਦਾ ਨਾਮ ਕੀ ਹੈ? ਰਜੇਸ਼ ਨਗਰ। ਰਜੇਸ਼ ਨਗਰ, ਨਗਰ ਨਹੀਂ, ਜਗ੍ਹਾ ਦਾ ਨਾਮ ਹੈ ਇੱਕ, ਉਸਤਾਦ ਜੀ ਦਾ ਨਾਮ ਹੈ? ਉਸਤਾਦ ਜੀ ਦਾ ਨਾਮ। ਅੱਛਾ ਅੱਛਾ, ਉਸਤਾਦ ਜੀ ਨੇ ਜ਼ੋਰਦਾਰ ਤਾੜੀਆਂ ਬਹੁਤ ਸੋਹਣਾ ਬੱਚੇ ਨੂੰ ਸਿਖਾ ਰਹੇ ਨੇ। ਸੋ ਲਿਆਓ ਜੀ ਪਿਓਰ ਰੂਟਸ ਵੱਲੋਂ ਬੱਚੇ ਨੂੰ ਪਿਆਰਾ ਹੈ ਗਿਫਟ। ਸੋ ਬੇਟਾ ਤੁਹਾਡੇ ਲਈ ਥੈਂਕ ਯੂ, ਥੈਂਕ ਯੂ। ਇਸ ਤਰ੍ਹਾਂ ਮਿਹਨਤ ਕਰਦੇ ਰਹੋ ਅਤੇ ਸਿੱਖਦੇ ਰਹੋ ਅਤੇ ਵੱਡੇ ਹੋ ਕੇ ਕਲਾਕਾਰ ਬਣੋਗੇ? ਬਿਜ਼ਨਸਮੈਨ ਬਣੋਗੇ। ਚਲੋ ਕੋਈ ਨਾ, ਬਿਜ਼ਨਸਮੈਨ ਬਣੋ, ਨਾਲ ਨਾਲ ਗਾਣੇ ਕੱਢਦੇ ਕਰੋ, ਠੀਕ ਹੈ? ਸੋ ਓਕੇ, ਜ਼ੋਰਦਾਰ ਤਾੜੀਆਂ ਇਸ ਭਰਾ ਲਈ। ਸੋ ਥੈਂਕ ਯੂ ਬੇਟੇ। ਮੇਰੇ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਠੀਕ ਠਾਕ? ਹਾਂਜੀ। ਕੀ ਨਾਮ ਹੈ? ਗੁਰਸਿਮਰਨ ਕੌਰ। ਗੁਰਸਿਮਰਨ ਕੌਰ, ਤੁਸੀਂ ਕਾਹਤੋਂ ਹੱਸਦੇ ਹੋ? ਹੈ ਕੀ ਹੋ ਗਿਆ ਏ ਜਗ੍ਹਾ ਤੋਂ ਹੱਸਦੀ ਹੈ ਤੂੰ ਕੁੜੀਏ? ਕੁਛ ਨਹੀਂ। ਨਾਮ ਕੀ ਹੈ ਤੇਰਾ? ਜਸਕੀਰਤ ਕੌਰ। ਜਸਕੀਰਤ ਕੌਰ, ਉਧਰ ਦੇਖ ਲੋ, ਹੱਸ ਕਾ ਤੁੜੇ ਹੋ? ਉਈ 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 ਉਈ। ਤੇਰਾ ਨਾਮ ਕੀ ਹੈ ਬੇਟਾ? ਅਗਮਪ੍ਰੀਤ ਕੌਰ। ਅਗਮਪ੍ਰੀਤ ਕੌਰ, ਅੱਛਾ ਤੁਸੀਂ ਬੋਲੀਆਂ ਪਾਓਗੇ? ਅੱਛਾ, ਪਹਿਲਾਂ ਤੁਹਾਡੀ ਵਾਰੀ ਆ ਗਈ, ਠੀਕ ਹੈ? ਇੱਕ ਬੋਲੀ ਤੁਹਾਡੀ, ਫਿਰ ਇਹਦੀ, ਫਿਰ ਇਹਦੀ, ਠੀਕ ਹੈ? ਤਾਰਾਂ ਚੋਂਦੀ ਮੈਂ ਮਰ ਜਾਂਦੀ, ਤਾਰਾਂ ਚੋਂਦੀ ਮੈਂ ਮਰ ਜਾਂਦੀ, ਜੇਠ ਜਠਾਣੀ ਦੁੱਧ ਪੀ ਜਾ, ਜੇਠ ਜਠਾਣੀ ਦੁੱਧ ਪੀ ਜਾਂਦੇ, ਪੀਂਦੇ ਅੰਦਰ ਵੜ ਕੇ, ਪੀਂਦੇ ਅੰਦਰ ਵੜ ਕੇ ਨਹੀਂ ਮੇਰੀ ਵਾਰੀ, ਐਂ ਆਏ ਬਾਲਟੀ ਖੜ ਕੇ ਨਹੀਂ ਮੇਰੀ ਵਾਰੀ, ਐਂ ਆਏ ਬਾਲਟੀ ਖੜ ਕੇ ਨਹੀਂ ਮੇਰੀ ਵਾਰੀ, ਐਂ ਆਏ ਬਾਲਟੀ ਖੜ ਕੇ। ਗੜੇ ਗੜੀਰੇ ਵਾਲਿਆ ਕੱਢ ਹੌਲੀ ਹੌਲੀ ਤੋਰ, ਗੜੇ ਗੜੀਰੇ ਵਾਲਿਆ ਕੱਢ ਹੌਲੀ ਹੌਲੀ ਤੋਰ, ਮੇਰੇ ਦੁੱਖ ਨੇ ਕੱਟਦੀਆਂ ਵਾਲੀਆਂ, ਮੇਰੇ ਦਿਲ ਵਿੱਚ ਪੈਂਦਾ ਜੋ, ਮੇਰਾ ਮਾਹੀ ਕੜਵਾ ਨੀ ਮੈਂ ਕੜਵੇ ਦੀ ਜੋਰ, ਮੇਰਾ ਮਾਹੀ ਕੜਵਾ ਨੀ ਮੈਂ ਕੜਵੇ ਦੀ ਜੋਰ। ਹੋਰਾਂ ਦੇ ਮਾਹੀਏ ਤਾਂ ਕੌਡੀ ਛੱਡੀ ਖੇਡਦੇ, ਹੋਰਾਂ ਦੇ ਮਾਈਏ ਤਾਂ ਕੌਡੀ ਛੱਡੀ ਖੇਡਦੇ, ਮੇਰਾ ਤਾਂ ਮਾਈਆ ਗਾਉਂਦਾ ਨੀ, ਟੁੱਟ ਪੈਣਾ ਵਾਲਾ ਨੂੰ ਜਲ ਲਾਉਂਦਾ ਨੀ, ਟੁੱਟ ਪੈਣਾ ਵਾਲਾ ਨੂੰ ਜਲ ਲਾਉਂਦਾ ਨੀ। ਨੱਚ ਘੁੱਗੀਆਂ ਨੀ ਤੈਨੂੰ ਪੱਪਾ ਦਿਆਂਗੇ, ਕੱਚਾ ਨਹੀਂ ਤੈਨੂੰ ਪੱਕਾ ਦਿਆਂਗੇ, ਰਿੱਝਦੀ ਦਾਲ ਵਿੱਚ ਧੱਕਾ ਦਿਆਂ, ਗੋਲ 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 ਗੱਪਾ ਦਿਆਂਗੇ, ਗੋਲ 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 ਗੱਪਾ ਦਿਆਂਗੇ। ਕਿਸੇ ਦਾ ਮਾਈਆ ਡੀਸੀ ਲੱਗਿਆ, ਕਿਸੇ ਦਾ ਥਾਣੇਦਾਰ, ਕਿਸੇ ਦਾ ਮਾਈਆ ਡੀਸੀ ਲੱਗਿਆ, ਕਿਸੇ ਦਾ ਥਾਣੇਦਾਰ, ਮੇਰੇ ਮਾਈਏ ਦੀ ਪੱਕੀ ਨੌਕਰੀ, ਰਹਿੰਦਾ ਵਿੱਚ ਵਿਚਾਰ ਨੀ ਕੀ ਕਰਦਾ, ਗੋਲ ਗੱਪੇ ਵੇਚਦਾ ਨੀ, ਗੋਲ ਗੱਪੇ ਵੇਚਦਾ, ਗੋਲ ਗੱਪੇ ਵੇਚਦਾ ਨੀ, ਗੋਲ ਗੱਪੇ ਵੇਚਦਾ। ਵੇ ਲੰਬੜਾ ਵਹਿਲ ਕੋਰੇ ਆਈਏ, ਵੇ ਲੰਬੜਾ ਵਹਿਲ ਕੋਰੇ ਆਈਏ, ਲਾ ਕੇ ਟਿੱਕਾ ਪਾ ਕੇ ਕੋਕਾ, ਵੇ ਲੰਬੜਾ ਨਹਿਲ ਕੋਰੇ ਆਈਏ। ਸੋ ਹਾਂਜੀ, ਲਿਆਓ ਜੀ ਪਿਓਰ ਰੂਟਸ ਵੱਲੋਂ ਪਿਆਰੇ ਪਿਆਰੇ ਗਿਫਟ ਪਿਆਰੇ ਪਿਆਰੇ ਬੱਚਿਆਂ ਨੂੰ। ਸੋ ਆਹ ਬੇਟਾ ਪਿਓਰ ਰੂਟਸ ਵੱਲੋਂ ਤੁਹਾਡੇ ਲਈ, ਥੈਂਕ ਯੂ ਸਰ। ਆਹ ਤੁਹਾਡੇ ਲਈ, ਥੈਂਕ ਯੂ ਸਰ। ਥੈਂਕ ਯੂ ਬੇਟਾ, ਜ਼ੋਰਦਾਰ ਤਾੜੀਆਂ ਬੱਚਿਆਂ ਲਈ, ਥੈਂਕ ਯੂ ਬੇਟਾ। ਹਾਂਜੀ, ਇਸ ਤੋਂ ਬਾਅਦ ਭਰਾ ਸਾਡਾ ਛੋਟਾ ਜਿਹਾ ਸਰਦਾਰ ਮੁੰਡਾ, ਜ਼ੋਰਦਾਰ ਤਾੜੀਆਂ ਇਹਦੇ ਲਈ। ਕੀ ਨਾਮ ਵੀਰੇ? ਜਸਪੀ ਸਿੰਘ।
ਜਸਪ੍ਰੀਤ ਸਿੰਘ ਤੁਹਾਡੀ ਪੱਗ ਬਹੁਤ ਸੋਹਣੀ ਹੈ। ਥੈਂਕ ਯੂ ਜੀ। ਕਿਹਨੇ ਬੰਨੀ ਹੈ? ਪਾਪੀ ਬੰਨੀ ਹੈ ਜੀ। ਆਹ ਬੰਨੀ ਹੈ ਵੈਰੀ ਗੁੱਡ। ਤਾੜੀਆਂ ਲਾਓ ਪਹਿਲਾਂ ਤਾਂ ਬੱਚੇ ਦਿਨ ਬਹੁਤ ਸੋਹਣੀ। ਤੁਹਾਡਾ ਕੁੜਤਾ ਪਜਾਮਾ ਬਹੁਤ ਸੋਹਣਾ, ਤੁਸੀਂ ਆਹ ਬਹੁਤ ਸੋਹਣੇ। ਹੁਣ ਕੀ ਕਰਕੇ ਦਿਖਾਓਗੇ? ਭੰਗੜਾ ਜੀ। ਵਾਹ ਜੀ ਵਾਹ, ਕਿਆ ਬਾਤ ਆ, ਬਹੁਤ ਸੋਹਣਾ। ਕਿਹਨੇ ਤਿਆਰ ਕਰਾਇਆ ਭੰਗੜਾ? ਸਰ ਆਪ ਹੀ ਕੀਤਾ। ਸਰ ਆਪ ਹੀ ਕੀਤਾ ਯਾਰ, ਮੁੰਡਾ ਬਾਹਲਾ ਜ਼ਿਆਦਾ ਟੈਲੈਂਟਡ ਹੈ ਇਹ। ਪੱਗ ਵੀ ਆਪ ਬੰਨਦਾ, ਭੰਗੜਾ ਵੀ ਆਪ ਪਾਉਂਦਾ, ਘੜੀ ਵੀ ਆਪ ਬੰਨਦਾ, ਹੈ ਨਾ? ਹਾਂਜੀ। ਕਿਹਨੇ ਬੰਨੀ ਹੈ ਘੜੀ? ਮੇਰੀ ਆਈ। ਤੇਰੀ ਤਾਂ ਹੈਗੀ ਹੈ, ਬੰਨੀ ਕਿਹਨੇ ਹੈ? ਆਪ ਹੀ। ਆਹ ਦੇਖ, ਆਪ ਹੀ ਕਰ, ਸਾਰੇ ਕੰਮ ਆਪ ਹੀ ਕਰਦਾ। ਆਹ ਪੈਰ ਕਿਹਦੇ ਨੇ? ਮੇਰੇ। ਆਹ ਦੇਖ, ਇਹਦੇ ਸਾਰਾ ਕੁਛ ਇਹਦਾ ਹੈ। ਇਹਦੇ ਨਾਲ ਚੱਲਦਾ ਕੌਣ ਹੁੰਦਾ? ਮੈਂ। ਆਹ ਦੇਖ, ਆਪੇ ਸਾਰਾ ਕੁਛ, ਐਡਾ ਬੰਦਾ ਕਾਮਯਾਬ ਮੁੰਡਾ ਪਹਿਲੀ ਵਾਰ ਦੇਖਿਆ ਗਿਆ। ਬਹੁਤ ਸੋਹਣਾ ਬੇਟਾ, ਪਿਓਰ ਉਠ ਦਾ ਪਿਆਰਾ ਹੈ, ਗਿਫਟ ਦਿਓ ਜੀ ਇਹਨੂੰ। ਬਹੁਤ ਸੋਹਣਾ એનર્ਜੀ ਵਾਲਾ ਭੰਗੜਾ ਸੀ ਇਹਦਾ ਬਰਾ ਦਾ। ਇਹ ਆਹ ਲਓ ਬਰਾ ਤੁਹਾਡੇ ਲਈ। ਥੈਂਕ ਯੂ ਵੀਰੇ, ਜ਼ੋਰਦਾਰ ਤਾੜੀਆਂ ਬੱਚੇ ਲਈ। ਨਜ਼ਾਰਾ ਰਿਹਾ ਜੀ ਬਹੁਤ ਜ਼ਿਆਦਾ। ਸਕੂਲ ਪੈਰਾਗੋਨ ਇੰਟਰਨੈਸ਼ਨਲ ਸਕੂਲ ਨੰਗਲ ਡੇਲੋਂ ਦੇ ਲਾਗੇ, ਲੁਧਿਆਣਾ ਜ਼ਿਲ੍ਹਾ। ਪੂਰੀਆਂ ਰੌਣਕਾਂ ਲੱਗ ਰਹੀਆਂ, ਨਜ਼ਾਰਾ ਆ ਰਿਹਾ, ਪਰ ਗਰਮੀ ਵੀ ਹੈਗੀ ਹੈ, ਪਰ ਬੱਚੇ ਇੰਜੋਏ ਕਰ ਰਹੇ ਹੋ। ਅਤੇ ਆਪਾਂ ਫਿਰ ਪ੍ਰੋਗਰਾਮ ਬੰਦ ਕਰ ਦਿੰਦੇ ਹਾਂ। ਚਲੋ ਬੰਦ ਕਰ ਦਿੰਦੇ ਹਾਂ। ਉਹ ਪਤਾ ਕੀ ਹੈ ਬਾਬਾ, ਸਰ ਕਹਿੰਦੇ ਵੀ ਆਪਾਂ ਵੀ ਪ੍ਰੋਗਰਾਮ ਬੰਦ ਕਰ ਦਿਓ। ਮਹਾਂ ਜੀ ਆਪਾਂ ਤਾਂ 7 ਵਜੇ ਤੱਕ ਚਲਾਵਾਂਗੇ ਰਾਤ ਦੇ। ਹੈ ਕਿੰਨੇ ਵਜੇ ਤੱਕ ਚਲਾਈਏ ਆਪਾਂ ਪ੍ਰੋਗਰਾਮ? ਕਿੰਨੇ ਵਜੇ ਤੱਕ? 7 ਵਜੇ ਤੱਕ। ਹੈ 7 ਵਜੇ ਤੱਕ। ਉਹ ਕਹਿੰਦਾ 10 ਵਜੇ ਤੱਕ। 12 ਵਜੇ ਕਰ ਦਿਓ। 12 ਵਜੇ ਰਾਤ ਨੂੰ, 12 ਵਜੇ ਤੱਕ ਲੰਮਾ ਹੀ ਚੱਲਣਾ ਤਾਂ ਪ੍ਰੋਗਰਾਮ। ਨੀਂਦ ਨਹੀਂ ਆਉਂਦੀ ਹੁਣ, ਨਹੀਂ ਨੀਂਦ ਆਉਂਦੀ ਕਹਿੰਦੇ। ਅੱਧੀ ਅੱਧੀ ਛੁੱਟੀ ਸਾਰੀ ਚੱਲੀ ਜਾਣ ਦੋ। ਚੱਲੋ ਹੈ, ਚੱਲੀ ਜਾਣ ਦੋ। ਕੀ ਬਾਤ, ਨਜ਼ਾਰਾ ਰਿਹਾ ਜੀ ਬਹੁਤ ਜ਼ਿਆਦਾ। ਸਕੂਲ ਪੈਰਾਗੋਨ ਇੰਟਰਨੈਸ਼ਨਲ ਸਕੂਲ ਨੰਗਲ ਡੇਲੋਂ ਦੇ ਲਾਗੇ, ਲੁਧਿਆਣਾ ਜ਼ਿਲ੍ਹਾ। ਪੂਰੀਆਂ ਰੌਣਕਾਂ ਲੱਗ ਰਹੀਆਂ, ਨਜ਼ਾਰਾ ਆ ਰਿਹਾ, ਪਰ ਗਰਮੀ ਵੀ ਹੈਗੀ ਹੈ, ਪਰ ਬੱਚੇ ਇੰਜੋਏ ਕਰ ਰਹੇ ਹੋ। ਅਤੇ ਆਪਾਂ ਫਿਰ ਪ੍ਰੋਗਰਾਮ ਬੰਦ ਕਰ ਦਿੰਦੇ ਹਾਂ। ਚਲੋ ਬੰਦ ਕਰ ਦਿੰਦੇ ਹਾਂ। ਉਹ ਪਤਾ ਕੀ ਹੈ ਬਾਬਾ, ਸਰ ਕਹਿੰਦੇ ਵੀ ਆਪਾਂ ਵੀ ਪ੍ਰੋਗਰਾਮ ਬੰਦ ਕਰ ਦਿਓ। ਮਹਾਂ ਜੀ ਆਪਾਂ ਤਾਂ 7 ਵਜੇ ਤੱਕ ਚਲਾਵਾਂਗੇ ਰਾਤ ਦੇ। ਹੈ ਕਿੰਨੇ ਵਜੇ ਤੱਕ ਚਲਾਈਏ ਆਪਾਂ ਪ੍ਰੋਗਰਾਮ? ਕਿੰਨੇ ਵਜੇ ਤੱਕ? 7 ਵਜੇ ਤੱਕ। ਹੈ 7 ਵਜੇ ਤੱਕ। ਉਹ ਕਹਿੰਦਾ 10 ਵਜੇ ਤੱਕ। 12 ਵਜੇ ਕਰ ਦਿਓ। 12 ਵਜੇ ਰਾਤ ਨੂੰ, 12 ਵਜੇ ਤੱਕ ਲੰਮਾ ਹੀ ਚੱਲਣਾ ਤਾਂ ਪ੍ਰੋਗਰਾਮ। ਨੀਂਦ ਨਹੀਂ ਆਉਂਦੀ ਹੁਣ, ਨਹੀਂ ਨੀਂਦ ਆਉਂਦੀ ਕਹਿੰਦੇ। ਅੱਧੀ ਛੁੱਟੀ ਸਾਰੀ ਚੱਲੀ ਜਾਣ ਦੋ। ਚੱਲੋ ਹੈ, ਚੱਲੀ ਜਾਣ ਦੋ। ਕੀ ਬਾਤ ਆ ਜੀ, ਤਾੜੀਆਂ ਲਾਓ ਆਪਣੇ ਸ਼ੋਅ ਦੇ ਨਾਂ ਤੇ। ਬਹੁਤ ਪਿਆਰ ਹੈ ਬੱਚਿਆਂ ਦਾ। ਸੋ ਇਹ ਹੁਣ ਤੱਕ ਦਾ ਪਹਿਲਾ ਬੱਚਿਆਂ ਦਾ ਪ੍ਰੋਗਰਾਮ ਹੈ, ਇੰਨਾ ਕੁ ਹਿੱਟ ਰਹਿ ਚੁੱਕਿਆ, ਜਿਹਦੇ ਵਿੱਚ ਬੱਚੇ ਇਕੱਲੇ ਇਕੱਲੇ ਬੱਚੇ ਆਉਂਦੇ ਨੇ, ਆਪਣੀਆਂ ਪਰਫੋਰਮੈਂਸਾਂ ਕਰਦੇ ਨੇ, ਆਪਦੇ ਆਪ ਨੂੰ ਟੀਵੀ ਦੇ ਉੱਪਰ ਦੇਖਦੇ ਨੇ। ਅਤੇ ਸਾਨੂੰ ਵੀ ਬਹੁਤ ਖੁਸ਼ੀ ਹੁੰਦੀ ਹੈ ਵੀ MH1 ਚੈਨਲ ਨੇ, ਪਿਓਰ ਰੂਟਸ ਨੇ ਐਡਾ ਵੱਡਾ ਉਪਰਾਲਾ ਕੀਤਾ ਜੋ ਛੋਟੇ ਛੋਟੇ ਬੱਚਿਆਂ ਨੂੰ, ਵੱਡੇ ਵੱਡੇ ਬੱਚਿਆਂ ਨੂੰ ਟੀਵੀ 'ਤੇ ਆਉਣ ਦਾ ਮੌਕਾ ਦਿੱਤਾ। ਸੋ ਬੇਟਾ ਇੱਕ ਵਾਰ ਪਿਓਰ ਰੂਟਸ ਅਤੇ MH1 ਅਤੇ ਅੱਧੀ ਛੁੱਟੀ ਸਾਰੀ ਦੇ ਲਈ ਜ਼ੋਰਦਾਰ ਤਾੜੀਆਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਵੀਰੇ, ਕੀ ਨਾਮ ਹੈ? ਦਵਿੰਦਰ। ਦਵਿੰਦਰ ਸਿੰਘ। ਹਾਂਜੀ। ਤੁਹਾਡਾ ਜੀ? ਜਸਕਰਨ ਸਿੰਘ। ਜਸਕਰਨ ਸਿੰਘ, ਦਵਿੰਦਰ ਸ਼ਰਮਾ। ਹਾਂਜੀ। ਅੱਛਾ, ਤੁਹਾਡਾ ਨਾਮ? ਜਸਪ੍ਰੀਤ ਸਿੰਘ। ਜਸਪ੍ਰੀਤ ਸਿੰਘ, ਅਤੇ ਡਾਂਸ ਕਰੋਗੇ? ਹਾਂਜੀ। ਚਿਹਰਿਆਂ 'ਤੇ ਪੂਰੀ ਸਮਾਈਲ ਸੀ ਹੈ ਮੇਰੇ ਵਾਂਗੂ। ਹੈ ਬੇਟੇ, ਕਿਹਨੇ ਤਿਆਰ ਕਰਾਇਆ? ਅੱਧਾ ਆਪੀ ਸਰ, ਅੱਧਾ ਹਰਸਿਮਰਨ ਸਰ ਨੇ।
ਅੱਧਾ ਆਪ ਅੱਧਾ ਹਰਸਿਮਰਤ ਸਰ ਨੇ ਮਤਲਬ ਤੁਸੀਂ ਆਪਦੇ ਆਪਦੇ ਵਾਲੇ ਸਟੈਪ ਪਹਿਲਾਂ ਤਿਆਰ ਕਰ ਲਏ ਜਿਹੜੇ ਨਹੀਂ ਆਉਂਦੇ ਸੀ ਫਿਰ ਤੁਸੀਂ ਸਾਨੂੰ ਪੁੱਛ ਲਓ ਸੋ ਬਹੁਤ ਵਧੀਆ ਸੋ ਐਵੇਂ ਹੀ ਕਰਦੇ ਰਹੋ ਅੱਗੇ ਕਾਲਜ 'ਚ ਜਾਓਗੇ ਯੂਥ ਫੈਸਟੀਵਲ ਹੁੰਦੇ ਨੇ ਉੱਥੇ ਭੰਗੜਾ ਜੁਆਇਨ ਕਰਿਓ ਠੀਕ ਹੈ ਅਤੇ ਅੱਗੇ ਤੱਕ ਜਾਇਓ ਅਤੇ ਵੱਡੇ ਹੋ ਕੇ ਕੀ ਬਣਾ ਤੁਹਾਨੂੰ ਸਰ ਜੋ ਰੱਬ ਨੇ ਲਿਖਿਆ ਉਹ ਬਣ ਜਾਵਾਂਗੇ ਜੋ ਰੱਬ ਨੇ ਲਿਖਿਆ ਨਾ ਹਾਂਜੀ ਅਤੇ ਰੱਬ ਲਿਖਣਾ ਭੁੱਲ ਗਿਆ ਹੋਵੇ ਫਿਰ ਕੀ ਕਰਾਂਗੇ ਸਰ ਫਿਰ ਬਾਹਰ ਜਾਣ ਦਾ ਪਲਾਨ ਆ ਦੇਖ ਆਹ ਗੱਲ ਬਣਦੀ ਹੈ ਨਾ ਬਾਹਰ ਬਾਹਰ ਜਾਣਾ ਸਰ ਹਾਂਜੀ ਜਹਾਜ਼ ਰੱਖਿਆ ਹੋਇਆ ਆਪਾਂ ਨੇ MH1 ਨੇ ਸਪੈਸ਼ਲ ਦਿੱਤਾ ਜਹਾਜ਼ ਤੁਹਾਨੂੰ ਅੱਧੀ ਛੁੱਟੀ ਸਾਰੀ ਵਾਲਿਆਂ ਨੂੰ ਉਸੇ ਦੀ ਆਉਣੇ ਜਾਂਦੇ ਅਸੀਂ ਦੇਖ ਲੈ ਜੀ ਛੱਡ ਕੇ ਆਉਣਾ ਹੁਣੇ ਤਾਂ ਛੱਡਿਆ ਦੇਖ ਲੈ ਟਿਕਟ ਮਹਿੰਗੀ ਉਹਦੀ ਉਹਦੀ ਕਰ ਦਿੰਦਾ ਉਂਗਲੀ ਜੀ ਹੋ ਆਏ ਤੁਸੀਂ ਕੀ ਕਰਨਾ ਬੈਠੋ ਕੇ ਪੁਲਿਸ ਪੁਲਿਸ 'ਚ ਜਾਣਾ ਤੁਹਾਡਾ ਕੱਦ ਕਾਠ ਜੀ ਵਧੀਆ ਨਾ ਉਮਰ ਕਿੰਨੀ ਕੁ ਹੈ ਜੀ 14 ਬਹੁਤ ਬੜਾ ਛੋਟਾ ਯਾਰ ਤੂੰ ਕੱਦ ਕਾਠ ਇਹ ਕਿੱਧਰੋਂ ਆ ਗਿਆ ਨਾ ਬਸ ਜੀ ਉਈ ਖਾਣ ਪੀਣ ਦਾ ਅਸਰ ਹੈ ਜੀ ਚਲੋ ਬਹੁਤ ਵਧੀਆ ਲਿਆਓ ਜੀ ਪਿਓਰ ਰੂਟਸ ਦੇ ਪਿਆਰੇ ਪਿਆਰੇ ਗਿਫਟ ਸੋ ਸਾਰੇ ਬੱਚਿਆਂ ਲਈ ਪਿਓਰ ਰੂਟਸ ਸਾਡੇ ਸਪੋਂਸਰ ਨੇ ਸੋ ਜ਼ੋਰਦਾਰ ਤਾੜੀਆਂ ਇਹਨਾਂ ਭਰਾਵਾਂ ਲਈ ਸੋ ਥੈਂਕ ਯੂ ਪੈਰਾਗੋਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਅਸੀਂ ਫਿਰ ਤੋਂ ਆ ਚੁੱਕੇ ਹਾਂ ਰੌਣਕਾਂ ਲਾਉਣ ਦੇ ਲਈ ਕਿਉਂਕਿ ਆਪਣੇ ਸ਼ੋਅ ਦਾ ਨਾਮ ਹੈਗਾ ਹਾਂਜੀ ਸ਼ੋਅ ਦਾ ਨਾਮ ਹੈਗਾ ਅੱਧੀ ਛੁੱਟੀ ਸਾਰੀ ਅਤੇ ਸਕੂਲਾਂ ਦੇ ਵਿੱਚ ਅਸੀਂ ਜਾਂਦੇ ਹਾਂ ਰੌਣਕਾਂ ਲਾਉਣਿਆਂਗੇ ਅਤੇ ਤੁਸੀਂ ਵੀ ਸਾਨੂੰ ਸਕੂਲਾਂ ਦੇ ਵਿੱਚ ਬੁਲਾ ਸਕਦੇ ਹੋ ਤੁਹਾਡੇ ਸਕੂਲਾਂ ਦੇ ਵਿੱਚ ਵੀ ਆਵਾਂਗੇ ਅਤੇ ਸਾਨੂੰ ਵੀ ਬੁਲਾ ਸਕਦੇ ਹੋ ਮੈਸੇਜ ਕਰ ਸਕਦੇ ਹੋ ਫੇਸਬੁੱਕ ਅਤੇ ਇੰਸਟਾਗ੍ਰਾਮ ਅਤੇ MH1 ਦੇ ਓਫੀਸ਼ੀਅਲ ਪੇਜ 'ਤੇ ਜਾ ਕੇ ਅਤੇ ਹਾਂਜੀ ਇਸ ਤੋਂ ਬਾਅਦ ਆਪਾਂ ਬੁਲਾਵਾਂਗੇ ਜੀ ਇਸ ਸਕੂਲ ਦੇ ਬੱਚਿਆਂ ਨੇ ਕਰਾਟੇ ਕੀਤੇ ਹੋਏ ਨੇ ਕਿਉਂਕਿ ਇਹ ਸਕੂਲ ਜਿਹੜਾ ਗੇਮ ਦੇ ਨਾਂ 'ਤੇ ਵੀ ਬਹੁਤ ਅੱਗੇ ਹੈਗਾ ਪੈਰਾਗੋਨ ਇੰਟਰਨੈਸ਼ਨਲ ਸਕੂਲ ਅਤੇ ਇੱਥੋਂ ਦੇ ਬੱਚੇ ਜਿਹੜੇ ਉਹਨਾਂ ਨੇ ਮਤਲਬ ਕਰਾਟੇ ਤਿਆਰ ਕੀਤੇ ਹੋਏ ਨੇ ਅਤੇ ਆਪਾਂ ਉਹ ਸਾਰੇ ਦੇਖਾਂਗੇ ਸੋ ਬੇਟਾ ਕਲੈਪਿੰਗ ਕਰੋ ਅਤੇ ਕਰਾਟੇ ਵਾਲੇ ਬੱਚੇ ਇੱਥੇ ਆਓ ਹਾਏ ਕੀ ਨਾਮ ਹੈ ਜੀ ਕੁੰਦਨ ਕੁੰਦਨ ਤੁਹਾਡਾ ਨਾਮ ਤਿਕਸ਼ਨ ਜੋਸ਼ੀ ਤਿਕਸ਼ਨ ਜੋਸ਼ੀ ਉਹ ਸਾਡਾ ਡਿਪਾਰਟਮੈਂਟ ਆ ਗਿਆ ਓਏ ਹੈ ਜੋਸ਼ੀ ਕਿੱਥੋਂ ਜੀ ਹੋ ਅਹਿਮਦਗੜ੍ਹ ਅਹਿਮਦਗੜ੍ਹ ਤੋਂ ਸਾਡੇ ਵਾਲੇ ਕਿੱਧਰ ਆ ਕਿੱਧਰ ਹੁਣ ਚਲੋ ਕੋਈ ਨਾ ਕੋਈ ਹਾਂ ਤੁਹਾਡਾ ਜੀ ਕੀ ਨਾਮ ਜਤਿਨ ਧਾਕੜ ਜਤਿਨ ਧਾਕੜ ਬੜਾ ਧਾਕੜ ਜੀ ਲੱਗੀ ਹੈ ਬੇਟਾ ਤੁਹਾਡਾ ਨਾਮ ਕਾਜਲ ਕੁਮਾਰੀ ਕਾਜਲ ਕੁਮਾਰੀ ਵੈਰੀ ਗੁੱਡ ਸੋ ਕਿੰਨੀ ਘੈਂਟ ਗੱਲ ਦੇਖੋ ਜੀ ਆਪਾਂ 2, 4, 5 ਮੁੰਡੇ ਅਤੇ 6ਵੀਂ ਕੁੜੀ ਹੈ ਜ਼ੋਰਦਾਰ ਤਾੜੀਆਂ ਪਹਿਲਾਂ ਭੈਣ ਦੇ ਨਾਂ 'ਤੇ ਕਿਉਂਕਿ ਕੁੜੀਆਂ ਸਾਡੀਆਂ ਪਿੱਛੇ ਨਹੀਂ ਹੈਗੀਆਂ ਹਰੇਕ ਪੱਖ ਤੋਂ ਹੁਣ ਉਹ ਚਾਹੇ ਕਲਾਕਾਰੀ ਹੋਵੇ ਚਾਹੇ ਕੋਈ ਪੜ੍ਹਾਈ ਲਿਖਾਈ ਹੋਵੇ ਚਾਹੇ ਡਿਪਾਰਟਮੈਂਟ ਕਿਸੇ ਵੀ ਤਰੀਕੇ ਦਾ ਹੋਵੇ ਕੁੜੀਆਂ ਸਾਡੀਆਂ ਹਮੇਸ਼ਾ ਅੱਗੇ ਹੀ ਰਹਿਣਗੀਆਂ ਅੱਗੇ ਹੈਗੀਆਂ ਨੇ ਅਤੇ ਰਹਿਣਗੀਆਂ ਵੀ ਤੁਹਾਡਾ ਨਾਮ ਕੰਚਨ ਕੰਚਨ ਇੱਕ ਘਰ ਹੈਗਾ ਜੀ ਪਿੱਛੇ ਰੁਮਾਲ ਵਾਲਾ ਭਾਈ ਸਾਹਿਬ ਰਾਕਸ਼ਸ ਸੋਫਾ ਹੈਂਜੀ ਰਾਕਸ਼ਸ ਸੋਫਾ ਰਾਕਸ਼ਸ ਤੋਫਾ ਸੋਫਤ ਸੋਫਾ ਹੈ ਸੋਫਤ ਸੋਫਤ ਅੱਛਾ ਕੀ ਕਰਕੇ ਦਿਖਾਓਗੇ ਹੁਣ ਤੁਸੀਂ ਕਰਾਟੇ ਕਰਾਟੇ ਚਲੋ ਦੇਖਦੇ ਹਾਂ ਜੀ ਬੱਚਿਆਂ ਦਾ ਕਰਾਟੇ ਪਰਫਾਰਮੈਂਸ ਅਤੇ ਬੜਾ ਧਿਆਨ ਨਾਲ ਥੋੜ੍ਹਾ ਸੇਫਟੀ ਨਾਲ ਠੀਕ ਹੈ ਬੇਟੇ ਕੋਚ ਸਾਹਿਬ ਦਾ ਨਾਮ ਕੀ ਹੈ ਸਭੀ ਕੋਈ ਕੋਚ ਨਹੀਂ ਹੈ ਅੱਛਾ ਕੋਈ ਕੋਚ ਨਹੀਂ ਹੈ ਮਤਲਬ ਆਪ ਸਿੱਖਦੇ ਤੁਸੀਂ ਆਪ ਤਿਆਰੀ ਕੀਤੀ ਹੈ ਸੋ ਵੈਰੀ ਗੁੱਡ ਇਹ ਬਹੁਤ ਵਧੀਆ ਗੱਲ ਹੈ ਸੋ ਬੱਚਿਆਂ ਨੇ ਆਪ ਤਿਆਰੀ ਕੀਤੀ ਹੈ ਸੋ ਅੱਗੇ ਤੋਂ ਬੇਟਾ ਥੋੜ੍ਹਾ ਧਿਆਨ ਨਾਲ ਠੀਕ ਹੈ ਹੋਰ ਵੀ ਥੋੜ੍ਹੇ ਜਿਹੇ ਔਖੇ ਜਿਹੇ ਸਟੈਪ ਜਿਹੜੇ ਤੁਹਾਡੇ ਹੁੰਦੇ ਨੇ ਇਸ ਉਹਦੇ ਤੁਸੀਂ ਉਹ ਸਿੱਖਿਓ ਜ਼ਰੂਰ ਠੀਕ ਹੈ ਕਹਿੰਦੇ ਕਿ ਹੱਥੀ ਜਾਂਦਾ ਇਕੱਲਾ ਹੀ ਘੈਂਟ ਕਰਤਾ ਨਾ ਫਣ ਸਿਰਾ ਹੀ ਲਾਤਾ ਜਮੀ ਹੈ ਨਾ ਅੱਗੇ ਆ ਜਾਇਓ ਇਹ ਸ਼ਰਾਰਤੀ ਹੋਊ ਪੱਕਾ ਵੱਡਾ ਹੋ ਕੇ ਕੀ ਬਣਨਾ ਅੰਕਲ ਅੰਕਲ ਕੀ ਬਣੀ ਜਾਂਦਾ ਦੁਨੀਆਂ 'ਚ ਅੰਕਲ ਜੀ ਠੀਕ ਠਾਕ ਹੋ ਇੱਕ ਇੱਧਰੋਂ ਆ ਗਿਆ ਦਿਮਾਗ 'ਚ ਵੀ ਅੰਕਲ ਬਣਨਾ ਆਪਾਂ ਨੇ ਬਸ ਜੀ ਇਹ ਤਾਂ ਰੱਬ ਦੀ ਮਿਹਰ ਹੋ ਗਈ ਜੀ ਬਸ ਚਲੋ ਵੈਰੀ ਗੁੱਡ ਬੇਟਾ ਜ਼ੋਰਦਾਰ ਤਾੜੀਆਂ ਸੋ ਆਹ ਲਿਆਓ ਜੀ ਪਿਓਰ ਰੂਟਸ ਦੇ ਪਿਆਰੇ ਜੇ ਗਿਫਟ ਇਹਨਾਂ ਨੂੰ ਬੱਚਿਆਂ ਨੂੰ ਸੋ ਥੈਂਕ ਯੂ ਬੇਟਾ ਜ਼ੋਰਦਾਰ ਤਾੜੀਆਂ ਨਾ ਬੱਚਿਆਂ ਲਈ ਸੋ ਥੈਂਕ ਯੂ ਬੇਟਾ ਥੈਂਕ ਯੂ ਥੈਂਕ ਯੂ ਪਿਆਰਾ ਜਿਹਾ ਬੱਚਾ ਲਹਿੰਗਾ ਲੈ ਦੇ ਸ਼ੀਸ਼ਿਆਂ ਵਾਲਾ ਉਹ ਜਿਹਾ ਲਹਿੰਗਾ ਪਾਇਆ ਹੋਇਆ ਬੱਚੇ ਦੇ ਸੋ ਜ਼ੋਰਦਾਰ ਤਾੜੀਆਂ ਨਾਲ ਪਿਆਰਾ ਪਿਆਰਾ ਬੱਚਾ ਆ ਜਾ ਬੇਟੇ ਕੀ ਨਾਮ ਹੈ ਗੀਤਿਕਾ ਵਰਮਾ ਗੀਤਿਕਾ ਵਰਮਾ 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 ਅੱਛਾ ਤੇ ਕੀ ਕਰਕੇ ਦਿਖਾਓਗੇ ਬੋਲੀਆਂ ਡਾਂਸ ਪਹਿਲਾਂ ਬੋਲੀਆਂ ਪਾਵਾਂਗੇ ਹੈਨਾ ਲੈ ਭੈਣੇ ਚੁੱਡੂ ਦੀ ਗੱਲ ਸੁਣ ਲੈ ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆ ਗਿਆ ਮੈਂ ਗਈ ਸੀ ਮੇਲੇ ਚੁੱਡੂ ਮਗਰੇ ਮਗਰੇ ਆ ਗਿਆ ਮੈਂ ਖਾਧੀਆਂ ਖਿੱਲਾਂ ਚੁੱਡੂ ਗੋਲ ਗੱਪੇ ਖਾ ਗਏ ਫੇਰ ਹੋਣਾ ਕੀ ਸੀ ਅੜ ਗਿਆ ਨੀ
ਤੁਹਾਡੇ ਕੰਮ ਦੀ ਗੱਲ ਹੈ। ਹੱਸ ਲੋਨੀ ਕੁੜੀਓ, ਖੇਡ ਲੋਨੀ ਕੁੜੀਓ, ਹੱਸ ਲੋਨੀ ਕੁੜੀਓ, ਖੇਡ ਲੋਨੀ ਕੁੜੀਓ, ਹੱਸਣਾ ਖੇਡਣਾ ਰਹਿ ਜਾਊਗਾ ਨੀ ਕੋਈ ਬੂਝੜ ਜਾ ਜੱਟ ਲੈ ਜੂਗਾ ਨੀ ਕੋਈ ਬੂਝੜ ਜਾ ਜੱਟ ਲੈ ਜੂਗਾ। ਵੈਰੀ ਗੁੱਡ ਬੇਟਾ, ਜ਼ੋਰਦਾਰ ਤਾੜੀਆਂ। ਤੁਹਾਨੂੰ ਪਤਾ ਤੁਹਾਡਾ ਡਾਂਸ ਕਿਹੋ ਜਿਹਾ ਸੀ? ਸੋਹਣਾ ਸੀ। ਹਾਏ ਸੋਹਣਾ ਸੀ। ਸੋਹਣਾ ਨਹੀਂ ਸੀ ਬੇਟਾ, ਬਾਹਲਾ ਸੋਹਣਾ ਸੀ। ਕਿਹਨੇ ਤਿਆਰ ਕਰਾਇਆ ਸੀ? ਮੰਮਾ ਨੇ। ਮੰਮਾ ਨੇ? ਇਹਦੀ ਮੰਮਾ ਲਈ ਜ਼ੋਰਦਾਰ ਤਾੜੀਆਂ ਲਾਓ ਪਹਿਲਾਂ। ਅਤੇ ਵੱਡੇ ਹੋ ਕੇ ਕੀ ਬਣੋਗੇ? ਟੀਚਰ। ਟੀਚਰਸ ਬਣੋਗੇ? ਕਿਸ ਸਬਜੈਕਟ ਦੇ? ਇੰਗਲਿਸ਼। ਇੰਗਲਿਸ਼ ਦੇ? ABC ਦੇ। ਸੋ ਲਿਆਓ ਜੀ ਪਿਓਰ ਰੂਟਸ ਦਾ ਪਿਆਰਾ ਗਿਫਟ ਬੱਚੇ ਲਈ, ਅਤੇ ਜ਼ੋਰਦਾਰ ਤਾੜੀਆਂ, ਬਹੁਤ ਸੋਹਣੀਆਂ ਬੋਲੀਆਂ ਅਤੇ ਬਹੁਤ ਸੋਹਣਾ ਡਾਂਸ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਠੀਕ ਠਾਕ ਹੋ? ਹਾਂਜੀ। ਕੀ ਨਾਮ ਹੈ? ਜਾਨਪ੍ਰੀਤ। ਹੈਂ? ਜਾਨਪ੍ਰੀਤ। ਜਾਨਪ੍ਰੀਤ, ਓਕੇ। ਤੁਹਾਡਾ ਨਾਮ? ਗੁਰਲੀਨ ਕੌਰ। ਗੁਰਲੀਨ ਕੌਰ, ਕਿਹਨੇ ਕੀਤਾ ਤੁਹਾਨੂੰ ਤਿਆਰ? ਮੰਮਾ। ਮੰਮਾ ਨੇ? ਤੁਹਾਨੂੰ? ਦੀਦੀ। ਦੀਦੀ, ਇਹਦੇ ਮੰਮਾ ਤੁਹਾਡੇ ਦੀਦੀ? ਹਾਂ। ਦੀਦੀ ਅਲੱਗ ਤੋਂ ਨੇ, ਮੰਮਾ ਅਲੱਗ ਤੋਂ ਨੇ। ਆਹ ਬੇਟਾ ਤੁਹਾਡੇ ਲਈ, ਅਤੇ ਆਹ ਤੁਹਾਡੇ ਲਈ, ਤੁਹਾਡਾ ਡਾਂਸ ਬਹੁਤ ਸੋਹਣਾ ਸੀ। ਸੋ ਥੈਂਕ ਯੂ, ਜ਼ੋਰਦਾਰ ਤਾੜੀਆਂ ਭੈਣਾਂ ਲਈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਈ ਸਾਹਿਬ। ਕਿੱਦਾਂ? ਮਾਈਕ ਉੱਪਰ ਕਰ ਲਓ। ਕਿੱਦਾਂ ਵੀਰ? ਹੈਂਜੀ। ਕਿੱਦਾਂ? ਇੱਦਾਂ ਇੱਦਾਂ, ਮਤਲਬ ਚੜ੍ਹਦੀ ਕਲਾ 'ਚ ਕੰਮ? ਮੈਂ ਵੀ ਚੜ੍ਹਦੀ ਕਲਾ। ਹੈਂ? ਮੈਂ ਤਾਂ ਪੁੱਛਿਆ ਹੀ ਨਹੀਂ। ਮੈਂ ਵੀ ਨਹੀਂ ਪੁੱਛਿਆ। ਤੁਸੀਂ ਪੁੱਛਿਆ ਤਾਂ ਹੈਗਾ, ਝੂਠ। ਨਾ ਨਾ ਨਾ, ਝੂਠ ਬੋਲਦੇ? ਨਾ। ਨਾਮ ਕੀ ਹੈ ਤੁਹਾਡਾ? ਅਨੂਪਜੀਤ। ਅਨੂਪਜੀਤ? ਹਾਂਜੀ। ਅਤੇ ਅਨੂਪਜੀਤ ਜੀ, ਪਹਿਲਾਂ ਤਾਂ ਪ੍ਰੋਫਾਈਲ ਇੱਧਰ ਦਿਓ ਕੈਮਰੇ ਵੱਲ। ਮਾਈਕ ਕਰੋ ਉੱਪਰ। ਕਰ ਲਿਆ ਉੱਪਰ। ਇੰਟਰਵਿਊ ਉੱਪਰ ਕਰ, ਥੱਲੇ ਡਿੱਗੀ ਦੀ ਹੈ। ਮੈਂ ਹਾਂ ਇਹ ਜੀ ਬੋਲਣਾ ਪ੍ਰਧਾਨ। ਇਹ ਜੀ ਬੋਲਦੇ ਆ ਪ੍ਰਧਾਨ। ਵੱਡਾ ਕੀ ਬਣਨਾ? ਸਿੰਗਰ। ਸਿੰਗਲ? ਸਿੰਗਰ। ਹੈ? ਸਿੰਗਰ। ਸਿੰਗਰ ਕਿਹੜਾ ਗਾਣਾ ਗਾਇਆ ਕਰੇਗਾ? ਕਿਹੜਾ ਮਰਜ਼ੀ। ਇਹ ਚ ਬੋਲ ਪਾਇਆ, ਮੈਂ ਕਹਿੰਦਾ ਤੂੰ ਕੁੱਟ ਲੈਣਾ ਮਰਜ਼ੀ ਭਰਾਵਾ। ਇਹ ਮੇਥੋਂ ਅੱਕਿਆ ਪਿਆ, ਮੈਂ ਇਹਦੋਂ ਅੱਕਿਆ ਪਿਆ। ਹੁਣ ਕਿਹੜਾ ਗਾਣਾ ਸੁਣਾਏਗਾ? ਤੇਰੀਆਂ ਰਕਾਨੇ ਚਿੱਠੀਆਂ ਕਿੰਨਿਆਂ ਨੂੰ ਹੋਰ ਦਿੱਤੀਆਂ, ਯਾਰਾਂ 'ਚ ਸੁਣਾਵਾਂ ਗੋਰੀਏ ਜਿਵੇਂ ਦਾਰੂ ਪੀ ਕੇ ਹੱਡ ਬੀਤੀਆਂ। ਉਹ ਫੇਸ ਟਾਈਮ ਉੱਤੇ ਫੇਸ ਟਾਈਮ ਟਾਈਮ ਨਾਲ ਤੇਰਾ ਦੇਖਦਾ ਕਿਹਾ ਨਹੀਂ ਹੁੰਦਾ ਚੇਂਜ ਗੋਰੀਏ, ਨਾ ਮੇਰਾ ਤੁਰਾ ਦੇ ਕਰ ਲੈ ਅਰੇਂਜ ਗੋਰੀਏ, ਮੈਂ ਇਹੀ ਗੱਲ ਲੱਗੀ ਸੱਟਰੇ ਗੋਰੀਏ। ਉਹ ਗੋਰੀਆਂ ਬਾਹਾਂ 'ਚ ਜੁੜਨੀ ਤੇਰੇ ਪਾ ਗਿਆ ਏ ਕਿਹੜਾ ਗੋਰੀਏ, ਬੰਨਿਆ ਬਣਾਇਆ ਰਹਿ ਗਿਆ ਸਾਡੇ ਸੁਪਨੇ 'ਚ ਸਹੀ ਗੋਰੀਏ, ਜਿੱਥੇ ਖੁੱਲ ਗਈ ਸੀ ਗੁੱਤ ਗੁੰਦੀ ਗੋਰੀਏ, ਤੇਰੇ ਤੋਂ ਖਿਲਾਫ ਲਿਖੀ ਹੁੰਦੀ ਗੋਰੀਏ, ਸਹੇਲੀ ਹੱਥ ਮੋੜ ਗਈ ਸੀ ਬੰਦੀ ਗੋਰੀਏ, ਮੈਂ ਉੱਥੇ ਤਿੰਨ ਬੋਤਲਾਂ ਸੀ ਪੀਤੀਆਂ, ਉਹ ਤੇਰੀਆਂ ਰਕਾਨੇ ਚਿੱਠੀਆਂ ਨੀ ਤੂੰ ਕਿੰਨਿਆਂ ਨੂੰ ਹੋਰ ਦਿੱਤੀਆਂ। ਵਾਹ ਜੀ ਵਾਹ, ਕਿਆ ਬਾਤ। ਤੂੰ ਵੱਡਾ ਹੋ ਕੇ ਆਰਟਿਸਟ ਬਣੇਗਾ, ਤੈਨੂੰ ਪਤਾ? ਪਤਾ ਨਹੀਂ ਤੈਨੂੰ, ਲਿਖ ਕੇ ਲੈ ਲਾ ਮੈਥੋਂ ਪੈਨ ਲਿਆ। ਆ ਜਿਹੜੇ ਤੇਰੇ 'ਚ ਗੁਣ ਨੇ ਨਾ ਇਹ ਕਰਨ ਦੇ, ਮੇਰੇ 'ਚ ਵੀ ਇਹੀ ਸੀ, ਪਰ ਆਹ ਜਿਹੜੇ ਇੱਕ ਦੋ ਤੇਰੇ 'ਚ ਟੇਢੇ ਨੇ ਉਹ ਨਹੀਂ ਸੀ, ਮਤਲਬ ਸਿੱਧੇ ਸਿੱਧੇ ਜਿਹੇ ਗੁਣ ਜਿਹੜੇ ਉਹ ਸਾਰੇ ਆਹੀ ਸੀ ਜਿਹੜੇ ਤੂੰ ਆਹ ਗਾਣਾ ਸੁਣਾਇਆ, ਗੱਲਬਾਤ ਕਰ ਰਹੇ ਹੈ, ਢਿੰਡਰ ਜੇ ਰਹੇ ਹੈ, ਆਹ ਕੀ ਸੀਗਾ? ਆ ਆ ਆਹ ਜਿਹੜੇ ਕੁਛ ਕੁ ਆਹ ਚੀਜ਼ਾਂ ਨੇ ਇਹ ਨਹੀਂ ਸੀ ਮੇਰੇ 'ਚ। ਆ ਫਿਰ ਕੀ ਗੱਲ, ਸਪੀਕਰ ਰਖਾਇਆ ਹੋਇਆ ਗਲੇ 'ਚ? ਹਾਸੇ ਨਾਲ ਲੱਗਦਾ ਜ਼ੋਰ। ਹੈਂ? ਹਾਸੇ ਨਾਲ ਲੱਗਦਾ ਭਾਈ। ਪਰ ਇਹਨਾਂ ਔਖਾ ਕਾ ਤੂੰ ਰਿਹਾ ਮੈਨੂੰ ਐਂ ਦੱਸ ਤੇਰੇ, ਮੈਂ ਨਾ ਡੰਡਾ
ਮੰਗਾਵਾਂ? ਨਾ ਨਾ ਬਸ। ਛੱਤਰ ਪਲੇਟ ਬਹੁ ਹੋਊ ਤੇਰੀ? ਕਿਵੇਂ? ਕੱਲ ਨੂੰ ਸਕੂਲ ਚ ਆਏਗਾ ਜਦੋਂ ਤੇਰੇ ਛੱਤਰ ਪਲੇਟ ਹੋਊਗੀ ਵੀ ਤੂੰ ਕਿਵੇਂ ਗੱਲ ਕਰ ਰਹੀ ਨੌਨਸੈਂਸ ਪਰਸਨ ਦਿਸ। ਬਹੁਤ ਸੋਹਣਾ ਬੱਚਾ ਯਾਰ, ਗੱਲਬਾਤ ਕਰਨ ਦਾ ਬਹੁਤ ਘੈਂਟ ਤਰੀਕਾ ਇਹਦੇ ਕੋਲ। ਪਿਓਰ ਰੂਟਸ ਦਾ ਪਿਆਰਾ ਹੈ ਗਿਫਟ, ਇਹਨੂੰ ਦੋ ਦਿਓ ਯਾਰ, ਇਹਨੂੰ ਮੇਰੇ ਵੱਲੋਂ ਇੱਕ ਇੱਕ ਪਿਓਰ ਰੂਟਸ ਵੱਲੋਂ ਤਾੜੀਆਂ ਲਾਓ ਇਹਦੇ ਨਾਂ 'ਤੇ। ਇਹਨੂੰ ਸਕੂਲ ਵਾਲਿਆਂ ਨੂੰ ਬੇਨਤੀ ਹੈ ਜੀ, ਇਹਦੀ ਦੋ ਤਿੰਨ ਮਹੀਨੇ ਦੀ ਫੀਸ ਦੇ ਪੈਸੇ ਇਹਦੇ ਗਲੇ 'ਤੇ ਲਾਓ ਪਹਿਲਾਂ ਤਾਂ। ਸੋ ਬਹੁਤ ਘੈਂਟ ਜਵਾਬ ਯਾਰ, ਤਾੜੀਆਂ ਲਾਓ ਜ਼ੋਰਦਾਰ। ਥੈਂਕ ਯੂ ਬੇਟਾ। ਸੋ ਇਸ ਤੋਂ ਬਾਅਦ ਤੁਹਾਨੂੰ ਦਿਖਾਵਾਂਗੇ ਜੀ ਪੈਰਾਗੋਨ ਇੰਟਰਨੈਸ਼ਨਲ ਸਕੂਲ ਦੇ ਬੱਚਿਆਂ ਦਾ ਗੱਤਕਾ। ਬਹੁਤ ਵਧੀਆ ਤੁਹਾਡੀ ਪਰਫੋਰਮੈਂਸ ਅਤੇ ਬੜੀ ਸੇਫਟੀ ਨਾਲ ਵੱਜਿਆ ਤਾਂ ਨਹੀਂ ਕਿਤੇ ਕੁਛ, ਸਰਟੀਫਿਕੇਟ ਤਾਂ ਨਹੀਂ ਲੱਗੀ? ਓਕੇ, ਅਤੇ ਬੇਟਾ ਤੁਸੀਂ ਕਿੱਥੋਂ ਸਿੱਖਦੇ ਹੋ ਇਹ? ਦਿਲੋਂ ਤੋਂ। ਦਿਲੋਂ ਤੋਂ? ਅਤੇ ਤੁਹਾਨੂੰ ਜਿਹੜੇ ਸਿਖਾਉਂਦੇ ਨੇ ਗੁਰੂ ਜੀ ਕੌਣ ਨੇ? ਸਰਦਾਰ ਅਮਰ ਸਿੰਘ ਜੀਤ ਪੱਟੀ। ਅੱਛਾ, ਇੱਥੇ ਆਏ ਨੇ ਅੱਜ ਕੋਈ? ਨਹੀਂ ਨਹੀਂ। ਅੱਛਾ ਅੱਛਾ, ਅਤੇ ਮੇਰੇ ਵੱਲੋਂ ਉਹਨਾਂ ਨੂੰ ਫਤਿਹ ਬੁਲਾਇਓ, ਠੀਕ ਹੈ? ਅਤੇ ਬਹੁਤ ਵਧੀਆ ਤੁਸੀਂ ਇਸੇ ਤਰ੍ਹਾਂ ਗੁਰਸਿੱਖੀ ਨਾਲ ਆਪਣੇ ਇਤਿਹਾਸ ਨਾਲ ਜੁੜੇ ਰਹੋ, ਅਤੇ ਇਹਨਾਂ 'ਤੇ ਨਾ ਅਸੀਂ ਮਤਲਬ ਕੁਛ ਬੋਲ ਸਕਦੇ ਹਾਂ ਅਤੇ ਸਾਡੇ ਮਤਲਬ ਸ਼ਬਦ ਹੀ ਖਤਮ ਹੁੰਦੇ ਨੇ ਜਦੋਂ ਅਸੀਂ ਇਹੋ ਜਿਹੇ ਬੱਚੇ ਦੇਖਦੇ ਹਾਂ। ਪਿਆਰੇ ਪਿਆਰੇ ਬੱਚੇ, ਪਿਆਰੀ ਇਹਨਾਂ ਦੀ ਪੁਸ਼ਾਕ ਹੈ ਅਤੇ ਦਸਤਾਰ ਇਹਨਾਂ ਦੀ, ਅਤੇ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਰਿਸਪੈਕਟ, ਅਤੇ ਤੁਹਾਡੇ ਜਿਹੜੇ ਉਸਤਾਦ ਜੀ ਨੇ, ਤੁਹਾਡੇ ਗੁਰੂ ਜੀ ਨੇ, ਉਹਨਾਂ ਨੂੰ ਸਾਰਿਆਂ ਨੂੰ ਮੇਰੇ ਵੱਲੋਂ ਰਿਸਪੈਕਟ। ਅਤੇ ਤੁਹਾਡੇ ਲਈ ਮੈਮ ਸਤਿ ਸ਼੍ਰੀ ਅਕਾਲ ਜੀ। ਅਤੇ ਇਹ ਬੱਚੇ ਸਾਰੇ ਤੁਸੀਂ ਟ੍ਰੇਨ ਕਰਵਾਏ ਕੀਤੇ ਨੇ ਜੀ? ਨਹੀਂ ਜੀ, ਐਕਚੁਅਲੀ ਇਹ ਲੈ ਰਹੇ ਨੇ ਟ੍ਰੇਨਿੰਗ ਤਾਂ ਡੇਲੋ ਤੋਂ। ਅੱਛਾ ਜੀ, ਅੱਛਾ ਅੱਛਾ। ਡੇਲੋ ਖੜਾ ਸਰਦਾਰ ਅਮਨਜੀਤ ਸਿੰਘ ਪੱਟੀ ਨੇ ਦੇ ਰਹੇ ਨੇ ਇਹਨਾਂ ਨੂੰ। ਅੱਛਾ ਜੀ, ਅੱਛਾ ਅੱਛਾ। ਪਰ ਇੱਥੇ ਮੈਂ ਗਾਈਡ ਕਰਦੀ ਹਾਂ। ਅੱਛਾ ਅੱਛਾ, ਨਾ ਨਾ, ਬਹੁਤ ਬਹੁਤ ਵਧੀਆ ਜੀ, ਬਹੁਤ ਵਧੀਆ। ਤਾਂ ਕਿ ਬੱਚੇ ਵਿਰਸੇ ਦੇ ਨਾਲ ਜੁੜੇ ਰਹਿਣ। ਨਾ ਨਾ, ਬਹੁਤ ਵਧੀਆ। ਕਿਉਂਕਿ ਅੱਜ ਕੱਲ ਦਾ ਜੋ ਟਾਈਮ ਚੱਲ ਰਿਹਾ, ਜੋ ਅਸੀਂ ਦੇਖ ਰਹੇ ਹਾਂ, ਖੁਦ ਮੈਂ ਵੀ ਪੇਰੈਂਟਸ ਹੋਣ ਦੇ ਨਾਤੇ ਇਸ ਚੀਜ਼ ਤੋਂ ਬਹੁਤ ਵਰਿਡ ਆ ਕਿ ਬੱਚੇ ਵਿਰਸੇ ਦੇ ਨਾਲੋਂ ਟੁੱਟ ਰਹੇ ਨੇ ਜੀ। ਅੱਜ ਕੱਲ ਦੇ ਜੋ ਮੀਡੀਆ ਦੇ ਮਤਲਬ ਬਹੁਤ ਟੱਚ ਤੇ ਆ ਰਹੇ ਨੇ ਬੱਚੇ, ਤੇ ਮੇਰੇ ਵੀ ਇੱਕ ਮਤਲਬ ਏਮ ਹੀ ਸਮਝ ਲਓ ਕਿ ਬੱਚਿਆਂ ਨੂੰ ਥੋੜਾ ਜਿਹਾ ਉਸ ਤੋਂ ਹਟਾ ਕੇ ਵਿਰਸੇ ਦੇ ਨਾਲ ਜੋੜੀ ਰੱਖਣਾ, ਸਾਡੇ ਆਪਣੇ ਵਿਰਸੇ ਨੂੰ ਸੰਭਾਲ ਕੇ ਰੱਖਣਾ, ਮੇਰਾ ਵੀ ਇਹੀ ਏਮ ਹੈ। ਨਾ ਨਾ ਨਾ, ਤੁਹਾਡਾ ਬਹੁਤ ਬਹੁਤ ਧੰਨਵਾਦ ਜੀ, ਤੁਸੀਂ ਬੱਚਿਆਂ ਨੂੰ ਗਾਈਡ ਕਰ ਰਹੇ ਹੋ। ਸੋ ਬੇਟਾ ਮੈਮ ਹੋਰਾਂ ਲਈ ਜ਼ੋਰਦਾਰ ਤਾੜੀਆਂ ਇੱਕ ਵਾਰੀ। ਸੋ ਥੈਂਕ ਯੂ, ਥੈਂਕ ਯੂ ਜੀ, ਧੰਨਵਾਦ ਤੁਹਾਡਾ। ਓਕੇ ਬੇਟਾ, ਥੈਂਕ ਯੂ। ਅਤੇ ਬੱਚਿਆਂ ਦੀ ਵਾਰੀ ਹੁਣ ਖਤਮ ਹੋ ਗਈ ਹੈ, ਅਤੇ ਲਾਸਟ ਵਿੱਚ ਤੁਹਾਨੂੰ ਪਤਾ ਵੀ ਸਟਾਫ ਨਾਲ, ਪ੍ਰਿੰਸੀਪਲ ਮੈਮ ਹੋਰਾਂ ਨਾਲ ਅਸੀਂ ਗੱਲਬਾਤ ਕਰਨੀ ਹੁੰਦੀ ਹੈ, ਤਾਂ ਜੋ ਸਾਨੂੰ ਸਕੂਲ ਬਾਰੇ, ਬੱਚਿਆਂ ਦੇ ਅਚੀਵਮੈਂਟਸ ਬਾਰੇ ਅਤੇ ਗੱਲਬਾਤ ਕਰਨਗੇ, ਅਤੇ ਕੁਛ ਕੁ ਆਪਦੇ ਬਚਪਨ ਦੀਆਂ ਗੱਲਾਂ ਬਾਤਾਂ ਕਰਨਗੇ। ਸੋ ਤੁਹਾਡੇ ਸਾਹਮਣੇ ਲੈ ਕੇ ਆ ਰਹੇ ਹਾਂ ਅਸੀਂ ਸਾਰਾ ਸਟਾਫ। ਬੇਟੇ ਜ਼ੋਰਦਾਰ ਤਾੜੀਆਂ ਨਾਲ। ਸਭ ਤੋਂ ਪਹਿਲਾਂ ਪ੍ਰਿੰਸੀਪਲ ਮੈਮ ਨੂੰ ਮੈਂ ਰਿਕੁਐਸਟ ਕਰੂੰਗਾ ਵੀ ਸਾਡੇ ਇੱਥੇ ਅੱਗੇ ਆਉਣਗੇ, ਅਤੇ ਮੈਮ ਆਓ ਜੀ। ਸੋ ਜ਼ੋਰਦਾਰ ਤਾੜੀਆਂ ਬੇਟਾ। ਸਤਿ ਸ਼੍ਰੀ ਅਕਾਲ, ਠੀਕ ਠਾਕ? ਸਭ ਤੋਂ ਪਹਿਲਾਂ, ਹਾਂਜੀ ਬਿਲਕੁਲ ਠੀਕ ਠਾਕ ਜੀ। ਸਭ ਤੋਂ ਪਹਿਲਾਂ ਮੈਂ ਤੁਹਾਡਾ ਦਿਲੀ ਧੰਨਵਾਦ ਕਰ ਰਹੀ ਹਾਂ ਜਿਨ੍ਹਾਂ ਨੇ MH ਚੈਨਲ ਵੱਲੋਂ ਬੱਚਿਆਂ ਦੀ ਹੌਸਲਾ ਵਧਾਈ ਕੀਤੀ ਇੱਥੇ। ਥੈਂਕ ਯੂ ਮੈਮ, ਥੈਂਕ ਯੂ, ਬਹੁਤ ਹੀ ਸ਼ੁਕਰਗੁਜ਼ਾਰ ਤੁਹਾਡਾ। ਤੁਹਾਡੇ ਧੰਨਵਾਦ ਜੀ, ਤੁਹਾਨੂੰ ਸਕੂਲਾਂ ਦੇ ਵਿੱਚ ਤੁਸੀਂ ਬੁਲਾਉਂਦੇ ਹੋ, ਆਪਣੇ ਬੱਚਿਆਂ ਦੇ ਸਨਮੁਖ ਕਰਦੇ ਹੋ, ਅਤੇ ਉਹ ਅਗਾਂਹ ਸਾਡਾ ਕੰਮ ਸ਼ੁਰੂ ਹੋ ਜਾਂਦਾ ਵੀ ਬੱਚਿਆਂ 'ਚੋਂ ਕਿਵੇਂ ਮਤਲਬ ਜਿਹੜਾ ਵੀ ਉਹਨਾਂ ਦੇ ਅੰਦਰ ਹੁਨਰ ਹੈਗਾ ਉਹ ਅਸੀਂ ਕਿਵੇਂ ਬਾਹਰ ਕੱਢੀਏ, ਅਤੇ ਉਹ ਹੁਨਰ ਸਾਰਾ ਭਰਿਆ ਹੋਇਆ ਸਕੂਲ ਵਾਲਾ ਨਹੀਂ ਹੁੰਦਾ, ਹੈ ਨਾ? ਉਹ ਅਸੀਂ ਕੱਢਣ ਦਾ ਤਰੀਕਾ ਸਾਡੇ ਕੋਲ ਹੁੰਦਾ, ਬਟ ਭਰਿਆ ਸਕੂਲ ਵਾਲਾ ਨਹੀਂ ਹੁੰਦਾ। ਬਿਲਕੁਲ, ਹਿਡਨ ਟੈਲੈਂਟ ਆਉਂਦਾ ਹੈ ਬੱਚਿਆਂ ਦਾ। ਜੀ ਮੈਮ, ਤੇ ਮੈਮ ਸਕੂਲ ਬਾਰੇ ਦੋ ਸ਼ਬਦ ਸਾਨੂੰ ਜ਼ਰੂਰ ਸਾਂਝੇ ਕਰੋ ਜਿਹੜੇ ਸਾਡੇ ਦਰਸ਼ਕ ਸਕੂਲ ਵਾਲੇ ਦੇਖ ਰਹੇ ਨੇ। ਸਾਡਾ ਸਕੂਲ ਜਿਹੜਾ 2016 ਚ ਸਟਾਰਟ ਹੋਇਆ ਜੀ, ਐਂਡ ਐਫੀਲੀਏਟਡ ਹੈ CBSE। ਲਾਸਟ ਈਅਰ ਹੀ ਐਫੀਲੀਏਸ਼ਨ ਹੋਈ ਹੈ ਜੀ। ਬੱਚਿਆਂ ਦੇ ਇੱਥੇ ਓਵਰਆਲ ਡਿਵੈਲਪਮੈਂਟ 'ਤੇ ਪੂਰਾ ਜ਼ੋਰ ਦਿੱਤਾ ਜਾਂਦਾ ਹੈ। ਸਾਡਾ ਜਿਹੜਾ ਸਟਾਫ ਹੈ ਬਹੁਤ ਹੀ ਮਿਹਨਤੀ ਹੈ,
ਪ੍ਰੋਪਰ ਇੱਥੇ ਕਾਨਫਰੰਸ ਰੂਮ ਜਿੱਥੇ ਕਿ ਬੱਚਿਆਂ ਨੂੰ ਆਈਲੈਟਸ ਦੀ ਤਿਆਰੀ ਵੀ ਕਰਵਾਈ ਜਾਂਦੀ ਹੈ ਬੱਚਿਆਂ ਦੇ ਸਪੈਸ਼ਲਾਈਜ਼ਡ ਕੋਚ ਜਿਵੇਂ ਕਿ ਤੁਸੀਂ ਦੇਖ ਹੀ ਲਿਆ ਹੈ ਬੱਚਿਆਂ ਦੀ ਗੱਤਕਾ ਦੀ ਪਰਫੋਰਮੈਂਸ ਸਕੇਟਿੰਗ ਦੀ ਪਰਫੋਰਮੈਂਸ ਰਾਦਰ ਸਵਿਮਿੰਗ ਪੂਲ ਵੀ ਸਟਾਰਟ ਹੈ ਬੱਚੇ ਬੋਟਿੰਗ ਕਰਦੇ ਆ ਸਵਿਮਿੰਗ ਵੀ ਸਟਾਰਟ ਕਰ ਦੇਣੀ ਹੈ ਅਸੀਂ ਪ੍ਰੋਪਰ ਬੱਚਿਆਂ ਦੇ ਹੋਲਿਸਟਿਕ ਡਿਵੈਲਪਮੈਂਟ ਵਾਸਤੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ ਬੱਚੇ ਅਕੈਡੈਮਿਕਸ ਦੇ ਵਿੱਚ ਤਾਂ ਐਕਸੈਲ ਕਰਦੇ ਹੀ ਹਨ ਔਰ ਨਾਲ ਨਾਲ ਬੱਚਿਆਂ ਦੇ ਜਿਹੜਾ ਅੱਜ ਕੱਲ੍ਹ ਜਿੱਥੋਂ ਬੱਚੇ ਗਏ ਹੋਏ ਆ ਕਿ ਬੱਚਿਆਂ ਨੂੰ ਐਲਡਰਸ ਦੀ ਰਿਸਪੈਕਟ ਨਹੀਂ ਆ ਦੈਟ ਇਜ਼ ਲੈਕਿੰਗ ਬੱਚਿਆਂ ਨੂੰ ਇਹ ਸਿੱਖਿਆ ਦਿੱਤੀ ਜਾਂਦੀ ਹੈ ਕਿ ਵੱਡਿਆਂ ਦਾ ਆਦਰ ਕਰੋ ਮੋਰਲ ਵੈਲਿਊਜ਼ ਦੇ ਨਾਲ ਦੀ ਨਾਲ ਹੀ ਸਟਰੈਸ ਦਿੱਤਾ ਜਾਂਦਾ ਹੈ ਬਾਕੀ ਸਾਡੇ ਸਟਾਫ ਦਾ ਥੈਂਕ ਯੂ ਮੈਮ ਥੈਂਕ ਯੂ ਬੇਟੇ ਜ਼ੋਰਦਾਰ ਤਾੜੀਆਂ ਮੈਮ ਲਈ ਅਤੇ ਇਸ ਤੋਂ ਬਾਅਦ ਆਪਾਂ ਸਰ ਜੀ ਨੂੰ ਬੁਲਾਵਾਂਗੇ ਸਰ ਸਾਨੂੰ ਮਮੀਕਰੀ ਕਰਕੇ ਦਿਖਾਉਣਗੇ ਬੇਟਾ ਜ਼ੋਰਦਾਰ ਤਾੜੀਆਂ ਲਾਓ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਹੋ ਜੀ ਬਹੁਤ ਵਧੀਆ ਤੁਸੀਂ ਦੱਸੋ ਵਧੀਆ ਵਧੀਆ ਜੀ ਅਤੇ ਮਮੀਕਰੀ ਕਿਸ ਚੀਜ਼ ਦੀ ਕਰਕੇ ਦਿਖਾਓਗੇ ਸਾਨੂੰ ਮਮੀਕਰੀ ਸਰ ਐਕਟਰ ਨਾਨਾ ਪਾਟੇਕਰ ਹੋ ਗਿਆ ਐਕਟਰ ਨਾਨਾ ਪਾਟੇਕਰ ਹੋ ਗਿਆ ਜੀ ਦੋ ਤਿੰਨ ਹੋਰ ਐਕਟਰ ਨੇ ਦੋ ਤਿੰਨ ਹੋਰ ਐਕਟਰ ਨੇ ਜੀ ਅਤੇ ਸਾਰਿਆਂ ਦੀ ਆਪਾਂ ਮਮੀਕਰੀ ਦੇਖਦੇ ਹਾਂ ਜੀ ਜੀ आ गए मेरी मौत का तमाशा देखने अब मुझे फांसी पे लटका देंगे मेरी आंखें बाहर आ जाएगी मेरी जुबान बाहर आ जाएगी थोड़ी देर मैं लटकता रहूंगा फिर मेरा भाई मुझे नीचे उतारेगा तुम लोग क्या क्या करते घर चले जाओगे खाना खाओगे और सो जाओगे तुम्हारी है ना मारने व्रत की मैं बहुत थैंक्स करता हूँ MH1 का टीम का जिन्होंने मौका दिता इतने आने का थैंक यू विपन सर थैंक यू बहुत सोहनी मिमिक्री थोड़ी सो बेटा जोरदार ताड़ियाँ ਇਸ ਤੋਂ ਬਾਅਦ ਮੈਮ ਹੋਰੀ ਮੈਮ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਰ ਠੀਕ ਠਾਕ ਹੋ ਜੀ ਹਾਂਜੀ ਹਾਂਜੀ ਥੈਂਕ ਯੂ ਸੋ ਮਚ ਤੁਸੀਂ ਸਾਡੇ ਸਕੂਲ 'ਚ ਆਏ ਨਾ ਨਾ ਜੀ ਚੇਅਰਮੈਨ ਹੈ ਸਕੂਲ ਅੱਛਾ 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 ਜੀ ਛੋਟਾ ਜਿਹਾ ਇੱਕ ਸਕਿੱਟ ਪੇਸ਼ ਕਰਨਾ ਚਾਹੁੰਦਾ ਜ਼ਰੂਰ ਮੈਮ ਜ਼ਰੂਰ ਬੇਬੇ ਜੀ ਮੈਂ ਨਾ ਅੱਜ ਮੂਵੀ ਦੇਖਣ ਚੱਲੀ ਹੈ ਨੀ ਕੁੜੇ ਕਿੱਥੇ ਚੱਲੀ ਹੈ ਤੂੰ ਬੇਬੇ ਜੀ ਮੈਂ ਤਾਂ ਅੱਜ ਕਿਸਮਤ 2 ਦੇਖਣ ਚੱਲੀ ਹੈ ਹਾਏ ਨੇ ਬੂ ਮੈਂ ਤਾਂ ਰਹਿ ਗਈ ਪਿੱਛੇ ਮੈਂ ਵੀ ਤੇਰੇ ਨਾਲ ਜਾਣਾ ਹੈ ਬੇਬੇ ਤੂੰ ਮੇਰਾ ਜਲੂਸ ਨਾ ਕੱਢਦੀ ਨਾ ਨਾ ਪੁੱਤ ਮੈਂ ਤੇਰਾ ਜਲੂਸ ਨਹੀਂ ਕੱਢਦੀ ਮੈਂ ਤਾਂ ਤੇਰੇ ਨਾਲ ਜਾਊਂ ਚੱਲ ਚੰਗਾ ਬੇਬੇ ਚੱਲ ਹਾਏ ਹਾਏ ਨੀ ਕੁੜੀ ਯਾਰ ਤੂੰ ਕੀ ਰੋਕੀ ਜਾਂਦੀ ਹੈ ਨੀ ਆ ਨਿੱਕਾ ਜਿਹਾ ਆਟੋ ਜਿਹਾ ਭੂੰਡੀ ਜੀ ਪਤਾ ਨਹੀਂ ਬੇਬੇ ਜੀ ਇਹਦੇ ਵਿੱਚ ਬਹਿ ਕੇ ਆਪਾਂ ਵਧੀਆ ਜਿਹਾ ਉੱਥੇ ਚੱਲਾਂਗੇ ਥੀਏਟਰ 'ਚ ਨੀ ਪਤਾ ਨਹੀਂ ਕਿੱਥੇ ਕਿੱਥੇ ਅੱਜ ਮੈਨੂੰ ਘੁਮਾਊਗੀ ਹਾਏ ਹਾਏ ਨੀ ਬੂ ਇੰਨਾ ਰਸ਼ ਮੈਂ ਤਾਂ ਵੇਖ ਕੇ ਹੈਰਾਨ ਕੋਈ ਨਾ ਬੇਬੇ ਜੀ ਆਪਾਂ ਸੀਟ 'ਤੇ ਬੈਠਦੇ ਹਾਂ ਚਲੋ ਤੁਸੀਂ ਵੀ ਲੱਤਾਂ ਨੀਚੇ ਕਰਕੇ ਬੈਠੋ ਨਾ ਕੁੜੇ ਮੈਂ ਤਾਂ ਲੱਤਾਂ ਉੱਪਰ ਕਰਕੇ ਬੈਠੂ ਨਹੀਂ ਨਹੀਂ ਬੇਬੇ ਜੀ ਮੇਰੀ ਬੇਇੱਜ਼ਤੀ ਹੁੰਦੀ ਪਲੀਜ਼ ਤੁਸੀਂ ਲੱਤਾਂ ਨੀਚੇ ਕਰੋ ਚੱਲ ਠੀਕ ਹੈ ਹਾਏ ਨੀ ਆ ਕੀ ਦਿਖਾਈ ਜਾਂਦੀ ਹੈ ਮੈਨੂੰ ਚੱਲ ਆਪਾਂ ਚੱਲੀਏ ਨਾ ਨਾ ਬੇਬੇ ਜੀ ਮੈਂ ਤਾਂ ਹੁਣ ਨਹੀਂ ਜਾਣਾ ਮੈਂ ਤਾਂ ਮੂਵੀ ਵੇਖ ਕੇ ਜਾਣਾ ਹਾਏ ਨੀ ਕੁੜੀਆ ਤੂੰ ਹੀ ਦੇਖ ਮੈਂ ਤਾਂ ਮੂੰਹ ਢੱਕ ਲੈਂਦੀ ਹਾਂ ਕਿਤੇ ਮੇਰਾ ਜਲੂਸ ਨਾ ਕੱਢ ਦੇਵੀਂ ਫਿਰ ਥੋੜ੍ਹੀ ਕੁ ਦੇਰ ਬਾਅਦ ਕੀ ਹੈ ਕਿ ਜਦੋਂ ਬੇਬੇ ਜੀ ਨੂੰ ਕੁਛ ਸੀਨ ਦੇਖਣ ਨੂੰ ਮਿਲਦਾ ਤਾਂ ਬੇਬੇ ਜੀ ਕੀ ਕਹਿੰਦੇ ਆ ਹਾਏ ਨੀ ਇਹ ਤਾਂ ਕੱਪੜੇ ਅੱਧੇ ਅੱਧੇ ਪਾਈ ਫੇਰਦੀਆਂ ਨੀ ਬੂ ਤੂੰ ਤਾਂ ਮੇਰੀ ਇਨਸਲਟ ਕਰਾਤੀ ਬੇਇੱਜ਼ਤੀ ਕਰਾਤੀ ਚੱਲ ਕੁੜੀਆ ਚੱਲੀਏ ਹਾਏ ਹਾਏ ਨੀ ਭੱਜ ਲਓ ਮੀਂਹ ਆ ਗਿਆ ਮੇਰੇ ਕੱਪੜੇ ਬਾਹਰ ਪਏ ਆ ਮੀਂਹ ਪੈ ਗਿਆ ਮੀਂਹ ਪੈ ਗਿਆ ਵਿਆਹੀ ਹੋ ਗਏ ਇਹ ਸਕੂਲ ਦੇ ਬੱਚੇ ਇੰਨਾ ਸੋਹਣਾ ਮਤਲਬ ਪਰਫੋਰਮੈਂਸ ਆ ਕਰਕੇ ਗਏ ਹੁਣ ਪਤਾ ਲੱਗਿਆ ਵੀ ਕਿਉਂ ਕਰਕੇ ਗਏ ਉਹ ਉੱਪਰਲੇ ਥੰਮ ਜਿਹੜੇ ਬੈਠੇ ਨੇ ਇਹਨਾਂ ਦੇ ਉਹ ਵੀ ਵਧੀਆ ਆਰਟਿਸਟ ਹੈਗੇ ਪੂਰੇ ਤੇ ਹਾਂਜੀ ਇਸ ਤੋਂ ਬਾਅਦ ਆਪਾਂ ਬੁਲਾਵਾਂਗੇ ਮੈਮ ਹੋਰੀ ਕਹਿੰਦੇ ਅਸੀਂ ਟੱਪੇ ਗਾਵਾਂਗੇ ਹਾਂਜੀ ਟੱਪੇ ਟੱਪਿਆਂ ਦੀ ਲੈ ਵਾਰੀ ਟੱਪੇ ਟੱਪਿਆਂ ਦੀ ਲੈ ਵਾਰੀ ਮੈਂ ਮੈਡਮ ਪੈਰਾ ਗਾਉਣ ਦੀ ਟੱਪਿਆਂ ਤੋਂ ਨਾ ਹਾਰੀ ਮੈਂ ਮੈਡਮ ਪੈਰਾ ਗਾਉਣ ਦੀ ਟੱਪਿਆਂ ਤੋਂ ਨਾ ਹਾਰੀ ਬਾਗੇ ਵਿੱਚ ਆਇਆ ਕਰੋ ਬਾਗੇ ਵਿੱਚ ਆਇਆ ਕਰੋ ਜਦੋਂ ਅਸੀਂ ਸੌ ਜਾਈਏ ਤੁਸੀਂ ਮੱਖੀਆਂ ਉਡਾਇਆ ਕਰੋ ਜਦੋਂ ਅਸੀਂ ਸੌ ਜਾਈਏ ਤੁਸੀਂ ਮੱਖੀਆਂ ਉਡਾਇਆ ਕਰੋ ਬਾਗੇ ਵਿੱਚ ਆਵਾ ਕਰੋ ਬਾਗੇ ਵਿੱਚ ਆਇਆ ਕਰੋ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਮੱਖੀਆਂ ਤੋਂ ਡਰ ਲੱਗਦਾ ਗੁੜ ਥੋੜਾ ਖਾਇਆ ਕਰੋ ਗੱਡੀ ਚੱਲਦੀ ਹੈ ਰਸਿਆਂ ਤੇ ਗੱਡੀ ਚੱਲਦੀ ਹੈ ਰਸਿਆਂ ਤੇ ਅੱਗੇ ਮਾਇਆ ਨਿਤ ਮਿਲਦਾ ਹੁਣ ਮਿਲਦਾ ਤੇ ਮੱਛੀਆਂ ਤੇ ਅੱਗੇ ਮਾਇਆ ਨਿਤ ਮਿਲਦਾ
ਹੁਣ ਮਿਲਦਾ ਏ ਮੱਸਿਆ ਤੇ ਗੱਡੀ ਚੱਲਦੀ ਏ ਲੀਕਾਂ ਤੇ ਗੱਡੀ ਚੱਲਦੀ ਏ ਲੀਕਾਂ ਤੇ ਅੱਗੇ ਮਾਇਆ ਨਿਤ ਮਿਲਦਾ ਹੁਣ ਮਿਲਦਾ ਤਰੀਕਾਂ ਤੇ ਅੱਗੇ ਮਾਇਆ ਨਿਤ ਮਿਲਦਾ ਹੁਣ ਮਿਲਦਾ ਤਰੀਕਾਂ ਤੇ ਤੁਸੀਂ ਵੀ ਚਾਹੁੰਦੇ ਹੋ ਤੁਹਾਡੇ ਸਕੂਲਾਂ ਦੇ ਵਿੱਚ ਆਈਏ ਅੱਧੀ ਛੁੱਟੀ ਸਾਰੀ ਪ੍ਰੋਗਰਾਮ ਕਰੀਏ ਤਾਂ ਸਾਨੂੰ ਸੰਪਰਕ ਕਰੋ ਸਾਨੂੰ ਮੈਸੇਜ ਕਰੋ ਸਾਨੂੰ ਫੋਨ ਕਰੋ ਅਸੀਂ ਤੁਹਾਡੇ ਸਕੂਲਾਂ ਦੇ ਵਿੱਚ ਵੀ ਆਵਾਂਗੇ ਅਤੇ ਮੈਨੂੰ ਵੀ ਹੁਣ ਤੁਸੀਂ ਆਗਿਆ ਦਿਓ ਤੁਹਾਡੇ ਆਪਣੇ ਵਿਪਨ ਜੋਸ਼ੀ ਨੂੰ ਅਤੇ ਅੱਧੀ ਛੁੱਟੀ ਸਾਰਿਆਂ ਨੂੰ ਐਵੇਂ ਪਿਆਰ ਕਰਦੇ ਰਹੋ ਅਤੇ ਪੈਰਾਗੋਨ ਇੰਟਰਨੈਸ਼ਨਲ ਸਕੂਲ ਦੇ ਵਿੱਚ ਫੁੱਲ ਰੌਣਕਾਂ ਲੱਗੀਆਂ ਸੀ ਅਤੇ ਹੁਣ ਲਾਸਟ 'ਤੇ ਆਪਣਾ ਅੱਧੀ ਛੁੱਟੀ ਸਾਰੀ ਗਾਣਾ ਚੱਲੂਗਾ ਅਤੇ ਸਾਰੇ ਬੱਚੇ ਅਤੇ ਸਾਰਾ ਸਟਾਫ ਅਤੇ ਪ੍ਰਿੰਸੀਪਲ ਮੈਮ ਹੋਰੀ ਅਤੇ ਅਸੀਂ ਸਾਰੇ ਇੰਜੋਏ ਕਰਾਂਗੇ ਸੋ ਹਾਂਜੀ ਡੀ ਜੇ ਵਾਲੇ ਬਾਬੂ ਸਾਡਾ ਗਾਣਾ ਚਲਾ ਦੇ